ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਤੁਸੀਂ ਦੇਖ ਰਹੇ ਹੋ ਪੰਜਾਬੀ ਮੀਨੀਆ ਤੇ ਅੱਜ ਤੁਹਾਨੂੰ ਲੈ ਕੇ ਆਈ ਹਾਂ ਕਿੱਟੀ ਪਾਰਟੀ ਦੀ ਔਨ ਲੋਕੇਸ਼ਨ ਸ਼ੂਟ ਤੇ ਮੇਰੇ ਨਾਲ ਬੈਠੇ ਬੜੇ ਕਿਊਟ ਜੀ ਉਪਾਸਨਾ ਸਿੰਘ ਜੀ ਤੇ ਜਸਵਿੰਦਰ ਭੱਲਾ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਔਰ ਤੁਸੀਂ ਬਹੁਤ ਪਿਆਰੇ ਹੋ। ਥੈਂਕ ਯੂ। ਮੈਨੂੰ ਪਤਾ ਨੀ ਕਿੰਨੇ ਹੁੰਦੇ ਪਰ ਫਿਲਮ ਚ, ਹਾਂ ਫਿਲਮ ਚ ਮੈਂ ਇਹਨਾਂ ਦੇ ਪੈਸੇ ਚੋਰੀ ਕਰ ਲਏ ਕਾਫੀ, ਔਰ ਕੁਛ 5 ਲੱਖ ਰੁਪਿਆ ਮੈਂ ਇਹਨਾਂ ਦਾ ਬਰਬਾਦ ਕਰਤਾ ਇਸ ਲਾਲਚ ਵਿੱਚ ਕਿ ਡਬਲ ਹੋਊਗੀ। ਤੇ ਤੁਸੀਂ ਇਸ ਚੀਜ਼ ਤੇ ਕੀ ਕਹਿਣਾ ਚਾਹੋਗੇ? ਇਹ ਫਿਲਮ ਕਿੱਟੀ ਪਾਰਟੀ ਜਿਹੜੀ ਹੈ ਜੀ, ਫਸਟ ਟਾਈਮ ਬੜੀ ਦੇਰ ਬਾਅਦ ਲੇਡੀ ਓਰੀਐਂਟਡ ਫਿਲਮ ਬਣ ਰਹੀ ਹੈ। ਹਾਂਜੀ, ਨਹੀਂ ਕਿਸੇ ਟਾਈਮ ਸ਼ੁਰੂਆਤ ਵੇਲੇ ਇਹਨਾਂ ਨੇ ਬੱਲਾ ਜੱਟੀ ਦਾ ਫਿਲਮ ਦੇ ਵਿੱਚ ਮੇਨ ਉਸ ਪਿਕਚਰ ਦਾ ਅੱਜ ਤੱਕ ਕੋਈ ਤੋੜ ਹੀ ਨਹੀਂ ਆਇਆ ਆਪਾਂ ਕਹਿ ਸਕਦੇ ਹਾਂ, ਸ਼ੋਲੇ ਵਾਂਗ ਪੰਜਾਬੀ ਇੰਡਸਟਰੀ ਦੀ। ਔਰ ਕਿੰਨੀਆਂ ਲੱਛੀ ਫਿਲਮ ਬਣਦੀਆਂ ਹੁੰਦੀਆਂ ਸੀ, 2 ਲੱਛੀਆਂ ਫਿਲਮ ਬਣਦੀ ਹੁੰਦੀ ਸੀ, ਮੋਰਨੀ ਉਹ ਸਾਰੀਆਂ ਲੇਡੀਜ਼ ਪ੍ਰਧਾਨ ਫਿਲਮਾਂ ਹੁੰਦੀਆਂ ਸੀਗੀਆਂ। ਹਾਂਜੀ, ਸਾਲੀ ਅੱਧੀ ਘਰ ਵਾਲੀ। ਹਾਂ, ਬੜੀ ਦੇਰ ਬਾਅਦ ਇੰਡਸਟਰੀ ਦੇ ਵਿੱਚ ਐਸੀ ਲੇਡੀਜ਼ ਨੂੰ ਲੈ ਕੇ ਫਿਲਮ ਬਣ ਰਹੀ ਹੈ ਜਿਹਦਾ ਨਾਂ ਹੈ ਕਿੱਟੀ ਪਾਰਟੀ। ਠੀਕ ਹੈ, ਤੇ ਫਿਰ ਜੇ ਲੇਡੀਜ਼ ਦੀ ਪਿਕਚਰ ਹੈ ਤੁਸੀਂ ਕੀ ਕਰ ਰਹੇ ਹੋ ਵਿੱਚ? ਵਿੱਚ ਲੇਡੇ ਵੀ ਤਾਂ ਹੋਣਗੇ। ਲੇਡੇ ਕਿਸ ਲੇਡੇ ਹੋਣਗੇ ਵਿੱਚ? ਕਿਸ ਲੇਡੇ ਆ ਰਹੇ ਹੋ ਵਿੱਚ? ਸੋ ਉਹਦੇ ਵਿੱਚ ਜਿਹੜੇ 3 ਕਪਲ ਦਿਖਾਏ ਨੇ, ਜਿਨ੍ਹਾਂ ਵਿੱਚ ਮੇਰੀ ਤੇ ਉਪਾਸਨਾ ਜੀ ਦੀ ਜੋੜੀ ਆ, ਹਾਂਜੀ, ਸੰਗਾ ਜੀ ਤੇ ਅਨੀਤਾ ਦੇਵਗਨ ਦੀ ਜੋੜੀ ਆ, ਕੁਬੀਜ ਦੇ ਨਾਲ ਮਨੀਪੁਰ ਰਾਏ ਦੀ। ਹਾਂਜੀ, ਤੇ ਸਾਨੂੰ ਇਹ ਵੀ ਸੁਣਨ ਚ ਆਇਆ ਕਿ ਪੱਲਾ ਜੀ ਫਿਰ ਡੋਮੀਨੇਟ ਕਰ ਰਹੇ ਹੋ ਉਪਾਸਨਾ ਜੀ ਨੂੰ। ਡੋਮੀਨੇਟ ਦਾ ਮਤਲਬ ਇਹ ਹੈ ਵੀ ਐਤਕੀ, ਵੈਸੇ ਤਾਂ ਹਰੇਕ ਫਿਲਮ ਦੇ ਵਿੱਚ ਮੈਨੂੰ ਥੋੜ੍ਹਾ ਜਿਹਾ ਡੋਮੀਨੇਟਿੰਗ ਵਾਲਾ ਕਰੈਕਟਰ ਦਿੰਦੇ ਆ, ਅਥਾਰਟੀ ਵਾਲਾ ਦਿੰਦੇ ਆ, ਰੋਹ ਵਾਲਾ, ਪਰ ਉਪਾਸਨਾ ਜੀ ਮੇਰਾ ਰੋਹ ਪਹਿਲੀ ਵਾਰੀ ਸਹਿ ਰਿਹਾ ਇਸ ਫਿਲਮ ਦੇ ਵਿੱਚ, ਨਹੀਂ ਹੁਣ ਤੱਕ ਤਾਂ ਇਹ ਥੱਲੇ ਹੀ ਲਾ ਕੇ ਰੱਖਦੇ ਨੇ। ਔਰ ਇਹਨਾਂ ਲਈ ਤਾਂ ਮੈਂ ਡਾਇਲੌਗ ਵੀ ਲਿਖਿਆ ਸੀ ਫਿਲਮ ਮਾਈ ਸੈਲਫ ਪਿੰਡੂ ਦੇ ਵਿੱਚ, ਵੀ ਲਾਡਲੀ ਲਾਤ ਤੇ ਸੋਹਣੀ ਜਨਾਨੀ ਬੰਦੇ ਤੋਂ ਕੀ ਕੁਛ ਨਹੀਂ ਕਰਵਾਉਂਦੀ। ਅੱਜ ਤਾਂ ਪੱਲਾ ਜੀ ਕੀ, ਅੱਜ ਮੈਂ ਦੇਖ ਰਹੀ ਹਾਂ ਕੋਟ ਪਾਇਆ, ਤੁਸੀਂ ਤਾਂ ਮਾਹੌਲ ਹੀ ਬਣਾਈ ਫਿਰਦੇ ਹੋ। ਮਾਹੌਲ ਤਾਂ ਯਾਦ ਹੈ, ਮੈਂ ਸੁਣਿਆ ਥਾਈਲੈਂਡ ਜਾ ਰਹੀ ਹੈ ਪਾਰਟੀ ਹੁਣ। ਬਿਲਕੁਲ, ਇਹ ਫਿਲਮ ਐਸੀ ਹੈ ਕਿ ਇਹ ਜਿਹੜੀਆਂ ਲੇਡੀਜ਼ ਹੈ ਹਾਊਸ ਵਾਈਫ ਨੇ, ਔਰ ਇਹ ਵਿਚਾਰੀਆਂ ਕਦੀ ਇੱਥੋਂ ਆਪਣੇ ਜਗ੍ਹਾ ਤੋਂ ਬਾਹਰ ਹੀ ਨਹੀਂ ਗਈਆਂ, ਮਤਲਬ ਇੰਡੀਆ ਤੱਕ ਚ ਨਹੀਂ ਘੁੰਮੀਆਂ, ਪਰ ਕੁਛ ਐਸੇ ਹਾਦਸੇ ਹੁੰਦੇ ਉਹਨਾਂ ਦੇ ਨਾਲ ਕਿ ਉਹਨਾਂ ਨੂੰ ਥਾਈਲੈਂਡ ਜਾਣਾ ਪੈਂਦਾ, ਫਿਰ ਉਹਨਾਂ ਦੇ ਹਸਬੈਂਡ ਆ ਕੇ ਉਹਨਾਂ ਦੀ ਮਦਦ ਕਰਦੇ ਆ ਕਿੱਦਾਂ। ਹੁਣ ਮੈਂ ਤੁਹਾਨੂੰ ਸਬਜੈਕਟ ਤਾਂ ਪੂਰਾ ਨਹੀਂ ਦੱਸ ਸਕਦੀ, ਹਾਲੇ ਦੱਸਦਾ ਸਾਰਾ, ਨਹੀਂ ਪਰ ਹਾਲੇ ਤਾਂ ਦੱਸਦਾ, ਪਰ ਕੁਛ ਕਹਾਣੀ ਹੈ, ਔਰ ਇਹਦੇ ਚ ਕੀ ਪੱਲਾ ਜੀ ਔਰ ਮੇਰੀ ਜਿੱਦਾਨਾ ਨੇ ਕਿਹਾ ਜੀ ਸਾਡੀ ਜੋੜੀ ਹੈ, ਔਰ ਬਹੁਤ ਬਹੁਤ ਮਜ਼ੇਦਾਰ ਫਿਲਮ ਹੈ। ਔਰ ਪਹਿਲਾਂ ਜਿੱਦਾਂ ਅਸੀਂ ਕਰਦੇ ਹੁੰਦੇ ਸੀ, ਮੈਂ ਵੀ ਬਹੁਤ ਸਾਰੀਆਂ ਹੀਰੋਇਨਾਂ ਰਿਲੇਟਿਡ ਫਿਲਮਾਂ ਕੀਤੀਆਂ, ਪਰ ਬਹੁਤ ਟਾਈਮ ਤੋਂ ਬਾਅਦ ਇੱਕ ਐਸੀ ਫਿਲਮ ਬਣ ਰਹੀ ਹੈ ਜਿਹੜੀਆਂ ਕਿ ਲੇਡੀਜ਼ ਤੇ ਹੈ, ਨਹੀਂ ਤਾਂ ਇਹਨਾਂ ਨੇ ਸਾਰੀ ਪੰਜਾਬੀ ਇੰਡਸਟਰੀ ਸਾਂਭੀ ਵੀ ਪੱਲਾ ਜੀ ਨਹੀਂ। ਆਪਾਂ ਤਾਂ ਇਹਨੂੰ ਕਹਿੰਦੇ, ਆਪਾਂ ਤਾਂ ਇਹਨੂੰ ਇੰਟਰਵਿਊ 'ਚ ਕਹਿੰਦੇ ਹਾਂ ਕਿ ਪੱਲਾ ਜੀ ਹੁਣ ਅਗਲੀ ਕਿਹੜੀ ਪਿਕਚਰ 'ਚ ਨਹੀਂ ਆਉਣ ਨੂੰ ਦੇਖ ਰਹੇ, ਸਾਨੂੰ ਇਹ ਵੀ ਦੱਸ ਦਿਓ ਕਿਹੜੀ 'ਚ ਨਹੀਂ ਆ ਰਹੇ ਹੋ। ਮਤਲਬ ਉਹ ਆਪਣਾ ਇੱਕ ਲੈਵਲ ਤੁਸੀਂ ਇੰਨਾ ਵਧੀਆ ਐਕਵਾਇਰ ਕਰ ਚੁੱਕੇ ਹੋ ਨਾ ਇੰਡਸਟਰੀ 'ਚ, ਪਰ ਕਾਮੇਡੀ 'ਚ ਜਿੱਦਾਂ ਹੁੰਦਾ ਸੀ ਨਾ, ਜਿੱਦਾਂ ਇੱਕ ਟਾਈਮ ਐਸਾ ਆਇਆ ਸੀ ਜਿੱਦਾਂ ਮਹਿਮੂਦ ਸਾਹਿਬ ਤੋਂ ਬਗੈਰ ਫਿਲਮਾਂ ਨਹੀਂ ਬਣਦੀਆਂ ਸੀ, ਫਿਰ ਉਹ ਤੋਂ ਬਾਅਦ ਜੌਨੀ ਲੀਵਰ ਤੋਂ ਬਗੈਰ ਫਿਲਮ ਨਹੀਂ ਬਣਦੀ ਹੁੰਦੀ ਸੀ, ਇੱਦਾਂ ਹੀ ਮਤਲਬ ਇਹ ਪੰਜਾਬੀ ਫਿਲਮ ਇੰਡਸਟਰੀ 'ਚ ਭੱਲਾ ਜੀ ਦਾ ਉਹ ਨਾਮ ਹੈ ਕਿ ਇਹਨਾਂ ਤੋਂ ਬਗੈਰ ਫਿਲਮ ਇੱਦਾਂ ਲੱਗਦਾ ਅਧੂਰੀ ਜਿਹੀ ਹੈ ਕੁਛ ਨਾ, ਔਰ ਜਦੋਂ ਭੱਲਾ ਜੀ ਆ ਜਾਂਦੇ ਬਹੁਤ ਮਜ਼ਾ ਆਉਂਦਾ,
ਔਰ ਇਹਨਾਂ ਦਾ ਪਲੱਸ ਪੁਆਇੰਟ ਸਭ ਤੋਂ ਜ਼ਿਆਦਾ ਇਹ ਹੈ ਕਿ ਇਹ ਖੁਦ ਬਹੁਤ ਅੱਛੇ ਡਾਇਲੋਗਸ ਲਿਖਦੇ ਨੇ ਤੇ ਇਹਨਾਂ ਦੇ ਡਾਇਲੋਗਸ ਤੇ ਤਾਂ ਖਾਸ ਤੌਰ ਤੇ ਆਡੀਅੰਸ ਹੱਸਦੀ ਹੈ ਔਰ ਬਹੁਤ ਇੰਜੋਏ ਕਰਦੀ ਹੈ। ਉਹ ਤਾਂ ਆਪਾਂ ਦੇਖ ਹੀ ਸਕਦੇ ਤੇ ਭੱਲਾ ਜੀ ਹੁਣ ਜਿਵੇਂ ਪੁਖਰਾਜ ਭੱਲਾ ਹੁਣ ਅਗਰ ਬਹੁਤ ਵਧੀਆ ਸੀਰੀਜ਼ ਉਹਦੀ ਟ੍ਰੈਂਡਿੰਗ 7.5 million ਤੇ ਚੱਲ ਰਹੀ ਹੈ ਯਾਰ ਜਿਗਰੀ ਕਸੂਤੀ ਡਿਗਰੀ ਤੇ ਜੇ ਆਪਾਂ ਗੱਲ ਕਰੀਏ ਤੁਹਾਨੂੰ ਥੋੜੀ ਜੈਲਸੀ ਤਾਂ ਨਹੀਂ ਹੋ ਰਹੀ ਤਾਂ ਹਾਏ ਹਾਏ ਤਾਂ ਫੇਮਸ ਹੀ ਬੜਾ ਹੋ ਗਿਆ ਮੈਂ ਤੈਨੂੰ ਕੱਢਿਆ ਸੀ ਜਾਏਗਾ ਤਾਂ ਬਹੁਤ ਹੀ ਫੇਮਸ ਹੋ ਕੇ ਆ ਗਿਆ। ਨਹੀਂ ਚਲੋ ਪਰਮਾਤਮਾ ਬੱਚਿਆਂ ਤੇ ਮਿਹਰ ਕਰੇ ਔਰ ਸਾਰੇ ਦਰਸ਼ਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ। ਬਿਲਕੁਲ ਉਹਨਾਂ ਨੇ ਯਾਰ ਜਿਗਰੀ ਕਸੂਤੀ ਡਿਗਰੀ ਵੈਬ ਸੀਰੀਜ਼ ਸਟਾਰਟ ਕੀਤੀ ਇੱਕ ਨਵਾਂ ਟ੍ਰੈਂਡ ਪੰਜਾਬ ਦੇ ਵਿੱਚ ਪਾਇਆ ਸੀਰੀਜ਼ ਦਾ ਹਾਂ ਜਿਹੜਾ ਕਿ ਬਹੁਤ ਜ਼ਰੂਰਤ ਸੀਗੀ ਔਰ ਸ਼ਰੀਮਾਨ ਜੀ ਦੱਤਨ ਵਾਦੀਆ ਜਿਨ੍ਹਾਂ ਨੇ ਟਾਈਟਲ ਸੌਂਗ ਦਿੱਤਾ ਔਰ ਮੈਂ ਕਿਹਾ ਦੋ ਐਪੀਸੋਡ ਆਏ ਨੇ ਔਰ ਉਹ ਪੁਖਰਾਜ ਦੀ ਇਹ ਵਰਡਿੰਗ ਸੀ ਕਿ ਡੈਡ ਮੈਂ ਜਿੰਨੀਆਂ 5-7 ਫਿਲਮਾਂ ਕੀਤੀਆਂ ਮੇਰੀ ਉਹਦੇ 'ਚ ਇੰਨੀ ਪਛਾਣ ਨਹੀਂ ਬਣੀ ਜਿੰਨੀ ਮੇਰੀ ਇਹਦੇ 'ਚ ਬਣ ਗਈ। ਬਿਲਕੁਲ ਜਸ ਕਹਿੰਦੇ ਮੈਂ ਪਰਸੋਂ ਕਹਿੰਦੇ ਦਿੱਲੀ ਤੋਂ ਕੱਲ੍ਹ ਕਹਿੰਦੇ ਮੈਂ ਦਿੱਲੀ ਤੋਂ ਆਇਆ ਅਤੇ ਮੈਨੂੰ ਪਤਾ ਰਸਤੇ ਦੇ ਵਿੱਚ ਜਿੱਥੇ ਕਿੱਥੇ ਮੈਂ ਖੜ੍ਹਾ ਵੀ ਕੋਈ ਬੰਦਾ ਐਸਾ ਨਹੀਂ ਸੀ ਜਿਹੜਾ ਸਾਨੂੰ ਇਹ ਸੀਰੀਜ਼ ਕਰਕੇ ਨਹੀਂ ਪਛਾਣਦਾ ਸੀ। ਬਹੁਤ ਵਧੀਆ ਗੱਲ ਹੈ ਅਤੇ ਹੁਣ ਜੇ ਆਪਾਂ ਗੱਲ ਕਰੀਏ ਪਿਕਚਰ ਕਿੱਟੀ ਪਾਰਟੀ ਦੀ ਇਹ ਤੁਸੀਂ ਤੁਹਾਨੂੰ ਦੱਸਿਆ ਸੀ ਥਾਈਲੈਂਡ ਜਾ ਰਹੀ ਹੈ ਕੋਸ਼ਿਸ਼ ਵੀ ਕੀਤੀ ਖੇਡਣ ਦੀ ਪਰ ਮੈਨੂੰ ਨਹੀਂ ਉਹ ਆਇਆ। ਐਡੀ ਤੇਜ਼ ਤੇਜ਼ ਅੱਖਰ ਜੇ ਬੋਲਦੇ ਨੇ ਕਦੋਂ ਬੋਲਦੇ ਅੰਗਰੇਜ਼ੀ 'ਚ ਨੇ ਕੱਟਦਾ ਕੁੱਟਦਾ ਹੀ ਰਹਿ ਜਾਂਦਾ ਸੀ ਬਾਕੀ ਸਾਰੇ ਜਵਾਕ ਵੀ ਅੱਗੇ ਨਿਕਲ ਜਾਂਦੇ ਸੀ ਮੈਂ ਬੈਠਾ ਰਹਿੰਦਾ ਹੁੰਦਾ ਸੀ ਮੈਂ ਮੁੜ ਕੇ ਕਿੱਟੀ ਪਾਰਟੀ ਨਹੀਂ ਡੱਟ ਕੀਤੀ ਤੇ ਪਾਸੇ ਤੁਸੀਂ ਤਾਂ ਬਹੁਤ ਕੀਤੀ ਹੋਣੀ ਹੈ ਕਿ ਕੀਤੀ ਨਹੀਂ ਕਦੇ ਕਿੱਟੀ ਪਾਰਟੀ ਬਿਲਕੁਲ ਨਹੀਂ ਮੈਨੂੰ ਬਹੁਤ ਵਾਰ ਆਫਰਸ ਆਈ ਬਲਕਿ ਮੇਰੀਆਂ ਬਹੁਤ ਸਾਰੀਆਂ ਫਰੈਂਡਸ ਕਿੱਟੀ ਪਾਰਟੀ ਅਰੇਂਜ ਕਰਦੇ ਆ ਤਾਂ ਮੈਂ ਕਹਿੰਦੀ ਕਿ ਨਹੀਂ ਬਿਲਕੁਲ ਨਹੀਂ ਕਿਉਂਕਿ ਮੇਰੇ ਕੋਲ ਤਾਂ ਟਾਈਮ ਨਹੀਂ ਹੈ ਮੈਂ ਪੰਜਾਬੀ ਫਿਲਮ ਤੋਂ ਇਲਾਵਾ ਹਿੰਦੀ ਫਿਲਮਾਂ ਵੀ ਕਰਦੀ ਹਾਂ ਫਿਰ ਮੈਂ ਸੀਰੀਅਲਸ ਵੀ ਕਰਦੀ ਹਾਂ ਫਿਰ ਮੈਂ ਸਟੇਜ ਸ਼ੋਜ਼ ਹੁੰਦੇ ਹੈ ਰੀਜਨਲ ਲੈਂਗੁਏਜਸ ਕਰਦੀ ਹਾਂ ਤਾਂ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਉਹ ਅਟੈਂਡ ਕਰ ਸਕਾਂ ਔਰ ਫਿਰ ਕਿੱਟੀ ਪਾਰਟੀ 'ਚ ਜੋ ਡਿਸਕਸ਼ਨਸ ਹੁੰਦੀਆਂ ਤਕਰੀਬਨ ਕਰਕੇ ਕਿ ਡਰੈਸ ਕਿਹੜੇ ਕੱਪੜੇ ਪਾਉਣੇ ਹੈ ਕਿਹੜਾ ਖਾਣਾ ਬਣਾਉਣਾ ਹੈ ਔਰ ਉਹਦੀ ਸੱਸ ਨੇ ਅੱਜ ਕੀ ਕੀਤਾ ਅੱਜ ਤੇਰੀ ਮਾਂ ਨੇ ਇਸ ਗੱਲ 'ਚ ਮੈਨੂੰ ਕਦੀ ਇੰਟਰਸਟ ਕਦੀ ਆਇਆ ਹੀ ਨਹੀਂ ਆਪਣੀ ਲਾਈਫ 'ਚ ਔਰ ਮੈਂ ਤੁਹਾਨੂੰ ਦੱਸਾਂ ਮੈਂ ਜਦੋਂ ਕਾਲਜ 'ਚ ਵੀ ਪੜ੍ਹਦੀ ਸੀ ਨਾ ਤਾਂ ਮੇਰੀਆਂ ਕਦੀ ਜ਼ਿਆਦਾ ਲੜਕੀਆਂ ਫਰੈਂਡਸ ਨਹੀਂ ਰਹੀਆਂ ਬਲਕਿ ਲੜਕੇ ਜ਼ਿਆਦਾ ਫਰੈਂਡਸ ਰਹੇ ਕਿਉਂਕਿ ਮੈਂ ਸ਼ਾਇਦ ਉਹਨਾਂ ਦੀ ਤਰ੍ਹਾਂ ਸੋਚਦੀ ਸੀ ਮਤਲਬ ਮੈਂ ਅਲੱਗ ਤਰ੍ਹਾਂ ਦਾ ਮੈਂ ਨਹੀਂ ਕਦੀ ਇਹ ਕੀ ਖਾਣਾ ਬਣ ਰਿਹਾ ਕਿੱਦਾਂ ਦੇ ਕੱਪੜੇ ਹੋਣੇ ਚਾਹੀਦੇ ਕੀ ਇਹ ਵਾਲੀਆਂ ਸਾਰੀਆਂ ਚੀਜ਼ਾਂ ਸੀ ਮੈਂ ਡਿਸਕਸ ਨਹੀਂ ਕਰਦੀ ਸੀ ਔਰ ਫਿਰ ਮੈਂ ਕਦੀ ਮੈਂ ਇੱਕ ਵੀ ਵਾਰ ਕਦੀ ਕਿੱਟੀ ਪਾਰਟੀ 'ਚ ਨਹੀਂ ਗਈ ਪਰ ਮੈਨੂੰ ਇਹ ਫਿਲਮ ਕਰਦੇ ਹੋਏ ਮੈਂ ਬਹੁਤ ਇੰਜੋਏ ਕਰ ਰਹੀ ਹਾਂ ਪਰ ਮੈਂ ਇਹ ਨਹੀਂ ਕਹਿੰਦੀ ਕਿ ਕਿੱਟੀ ਪਾਰਟੀ ਬੁਰੀ ਚੀਜ਼ ਹੈ ਕਿੱਟੀ ਪਾਰਟੀ ਬਿਲਕੁਲ ਵੀ ਬੁਰੀ ਚੀਜ਼ ਨਹੀਂ ਕਿਉਂਕਿ ਜਿਹੜੀਆਂ ਔਰਤਾਂ ਸਿਰਫ ਘਰ 'ਚ ਰਹਿੰਦੀਆਂ ਉਹਨਾਂ ਲਈ ਕੁਛ ਤਾਂ ਐਂਟਰਟੇਨਮੈਂਟ ਹੋਣੀ ਚਾਹੀਦੀ ਹੈ ਕੁਛ ਬਾਹਰ ਨਿਕਲਣ ਦਾ ਜ਼ਰੀਆ ਹੋਣਾ ਚਾਹੀਦਾ ਜਦੋਂ ਇੱਕ ਇਨਸਾਨ ਘਰੋਂ ਬਾਹਰ ਨਿਕਲਦਾ ਹੈ ਤਾਂ ਕੁਛ ਅੱਛੇ ਕੱਪੜੇ ਪਾ ਕੇ ਨਿਕਲਦਾ ਹੈ ਫਿਰ ਉਹ ਆਪਣੀਆਂ ਫਰੈਂਡਸ ਨੂੰ ਮਿਲਦਾ ਹੈ ਫਿਰ ਉੱਥੇ ਉਹ ਐਂਟਰਟੇਨ ਹੁੰਦਾ ਹੈ ਕੋਈ ਗੇਮਸ ਖੇਡਦਾ ਹੈ ਆਪਸ 'ਚ ਉਹ ਆਪਣੇ ਦੁੱਖ ਸੁੱਖ ਵੀ ਸਾਂਝੇ ਕਰਦੀਆਂ ਹਾਂ ਡੈਫੀਨੇਟਲੀ ਇੰਜੋਏ ਵੀ ਕਰਦੀਆਂ ਕਿ ਇੱਕ ਦੂਸਰੇ ਦੀਆਂ ਗੱਲਾਂ ਕਰਕੇ ਸੱਸ ਦੀ ਨੂੰਹ ਦੀ ਇਹ ਵੀ ਇੱਕ ਇੰਜੋਏਮੈਂਟ ਹੈ ਠੀਕ ਹੈ ਮੈਨੂੰ ਲੱਗਦਾ ਹੈ ਉਹਨਾਂ ਦੀ ਇੰਜੋਇਮੈਂਟ ਲਈ ਬਹੁਤ ਵਧੀਆ ਸਾਧਨ ਹੈ ਔਰ ਕਿੱਟੀ ਪਾਰਟੀ ਹੋਣੀ ਚਾਹੀਦੀ ਹੈ ਤੇ ਕਿੱਟੀ ਪਾਰਟੀ ਜਿਹੜੀ ਹੁਣ ਆਉਣ ਵਾਲੀ ਹੈ ਥੀਏਟਰ 'ਚ ਤੁਹਾਡਾ ਨਵ ਬਾਜਵਾ ਨਾਲ ਤੁਹਾਨੂੰ ਦੋਨਾਂ ਦਾ ਇਹ ਸਬੱਬ ਕਿਵੇਂ ਬਣਿਆ ਇਸ ਮੂਵੀ ਲਈ ਤੁਹਾਨੂੰ ਕਿਵੇਂ ਉਹਨਾਂ ਨੇ ਅਪਰੋਚ ਕੀਤਾ ਸੀ ਦੋਨਾਂ ਹੀ ਨਵ ਨਾ ਮੈਂ ਤਾਂ ਫਸਟ ਟਾਈਮ ਕੰਮ ਕਰ ਰਹੀ ਹਾਂ ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਹ ਫਿਲਮ ਕਰ ਰਹੀ ਹਾਂ ਕਿਉਂਕਿ ਬਹੁਤ ਇੰਟੈਲੀਜੈਂਟ ਡਾਇਰੈਕਟਰ ਹੈ ਉਹਨੂੰ ਆਪਣੇ ਕੰਮ ਦਾ ਬਹੁਤ ਨੌਲੇਜ ਹੈ ਟੈਕਨੀਕਲੀ ਬਹੁਤ ਸਾਊਂਡ ਹੈ ਉਹ ਅਤੇ ਮੈਂ ਤਾਂ ਮੈਂ ਬਹੁਤ ਇੰਜੋਏ ਕਰ ਰਹੀ ਹਾਂ ਉਹਦੇ ਨਾਲ ਕੰਮ ਕਰਕੇ ਮੈਂ ਨਵ ਬਾਜਵਾ ਨਾਲ ਜੀ ਫਿਲਮ ਕੀਤੀ ਆ ਦਿਲ ਹੋਣਾ ਚਾਹੀਦਾ ਜਵਾਬ ਉਹਦੇ 'ਚ ਉਹ ਹੀਰੋ ਸੀ ਅਤੇ ਮੈਂ ਅਸ਼ਵਿੰਦਰ ਮਾਲ ਦੋ ਬੁੜੇ ਸੀਗੇ ਅਤੇ ਸਟੋਰੀ ਐਂਡ ਟਾਈਟਲ ਸਾਡੇ 'ਤੇ ਆ ਵੀ ਦਿਲ ਹੋਣਾ ਚਾਹੀਦਾ ਜਵਾਬ ਔਰ ਉਹਦੇ ਵਿੱਚ ਮੈਂ ਦੇਖਿਆ ਇੱਕ ਤਾਂ ਮੈਨੂੰ ਪਹਿਲੇ ਦਿਨ ਜਦੋਂ ਮੈਂ ਮਿਲਿਆ ਮੈਨੂੰ ਉਹਦੀ ਆਵਾਜ਼ ਬੜੀ ਅੱਛੀ ਲੱਗੀ ਬੜੀ ਗਰਾਮ 'ਚ ਬੋਲਦਾ ਅਤੇ ਸੋਲਿਡ ਵੋਇਸ ਹੈ ਔਰ ਠਰਮੇ ਨਾਲ ਬੋਲਦਾ ਜਿਹੜੀ ਗੱਲ ਬੋਲਦਾ ਵਿਦ ਕਨਵਿੰਸਿੰਗ ਪੁਆਇੰਟ ਗੱਲ ਕਰਦਾ ਜਿਹੜੀ ਕਰਦਾ ਫਿਰ ਇਹਨੇ ਇੱਕ ਰੇਡੂਆ ਫਿਲਮ ਬਣਾਈ ਸੀ ਉਹਦੇ ਲਈ ਮੈਨੂੰ ਅਪਰੋਚ ਕੀਤਾ ਸੀ ਉਸ ਵੇਲੇ ਮੈਂ ਬਿਜ਼ੀ ਸੀ ਮੈਂ ਉਹਦਾ 'ਚ ਸ਼ਿਰਕਤ ਨਹੀਂ ਕਰ ਸਕਿਆ ਫਿਰ ਮੇਰੀ ਇੱਥੇ ਫਿਲਮ ਇੱਕ ਮੈਰਿਜ ਪੈਲਸ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਉੱਥੇ ਫਿਰ ਇਹ ਆਈ ਮੇਰੇ ਕੋਲ ਨਾਲ ਪ੍ਰੋਡਿਊਸਰ ਆਏ ਕਿ ਪਹਿਲਾਂ ਜੀ ਤੁਹਾਨੂੰ ਫਿਲਮ ਸਾਈਨ ਕਰਨਾ ਬਸ ਫਿਰ ਥੋੜ੍ਹੀ ਜਿਹੀ ਡਿਸਕਸ਼ਨ ਤੋਂ ਬਾਅਦ ਇਹਨਾਂ ਨੇ ਸਟੋਰੀ ਦੱਸੀ ਸਟੋਰੀ ਮੈਂ ਸੁਣੀ ਗਿਆ ਮੈਂ ਕਿਹਾ ਖਾਸ ਚੀਜ਼ ਕੀ ਆ ਇਹ ਦੱਸੋ ਨਾ ਮੈਨੂੰ ਅਟਰੈਕਸ਼ਨ ਕੀ ਆ ਤੁਹਾਡੇ ਆਪੋਜ਼ਿਟ ਵਾਸਨਾ ਸਿੰਘ ਮੈਂ ਪਹਿਲਾਂ ਹੀ ਦੱਸ ਦਿੰਦਾ ਘੰਟਾ ਮੈਂ ਮਾਈ
ਅਗਲੀ ਪਿਕਚਰਾਂ ਵੀ ਕਰਨੀਆਂ ਨੇ ਕਿ ਮਤਲਬ ਪਾਸ ਜਿਹੜਾ ਨਹੀਂ ਕਰਨੀਆਂ ਪਿਕਚਰਾਂ ਬਾਕੀਆਂ ਚ ਦਮ ਨਹੀਂ ਹੈ ਕਿ ਹੀਰੋਇਨ ਚ ਕੀ ਗੱਲ ਨਹੀਂ ਹੁਣ ਐਸਾ ਹੈ ਨਾ ਵੀ ਜਿਹੜੀਆਂ ਹੁਣ ਹੀਰੋਇਨ ਨੇ ਸਾਡੇ ਮੇਚ ਦੀਆਂ ਨੇ ਸਾਡੇ ਮੇਚ ਦੀ ਤੁਹਾਨੂੰ ਵੈਸੇ ਹੀ ਬੜਾ ਮੁਸ਼ਕਿਲ ਪਿਕਚਰਾਂ ਚ ਕੋਈ ਰੋਮਾਂਸ ਕਰਨ ਨੂੰ ਇੰਨੀ ਥੋੜੀ ਹੀਰੋਇਨ ਦੇਖੋ ਪਹਿਲੀ ਗੱਲ ਤਾਂ ਮੈਨੂੰ ਜੇ 100 ਫਿਲਮਾਂ ਬਣਦੀਆਂ ਉਹਨਾਂ 80ਆਂ ਦੇ ਵਿੱਚ ਮੇਰੀ ਜਨਾਨੀ ਕੰਧ ਤੇ ਟੰਗੀ ਹੁੰਦੀ ਆ ਸਹੀ ਗੱਲ ਹੈ ਮੈਨੂੰ ਕਦੇ ਛੜਾ ਬਣਾ ਦਿੰਦੇ ਆ ਕਦੇ ਜਨਾਨੀ ਮਰੀ ਦਿਖਾ ਦਿੰਦੇ ਆ ਇੱਕ ਵਸੇ ਹੀ ਭਾਗਾਂ ਭਰੀ ਆ ਜਿਹੜੀ ਜਿਉਂਦੀ ਮੈਨੂੰ ਟੱਕਰਦੀ ਆ ਸੋ ਜਦੋਂ ਫਿਰ ਮੈਨੂੰ ਪਤਾ ਲੱਗਦਾ ਵਾਸਨਾ ਹੀ ਨਾਲ ਨੇ ਮੈਂ ਆਖਿਆ ਮਿਸ਼ਕੇ ਸਾਈਨ ਕਰਦੀ ਸਾਡੀ ਬਹੁਤ ਅੱਛੀ ਟਿਊਨਿੰਗ ਹੈ ਔਰ ਅਸੀਂ ਮੈਨੂੰ ਲੱਗਦਾ ਕਿ ਬਹੁਤ ਅੱਛੇ ਇੱਕ ਦੂਸਰੇ ਦੇ ਨਾਲ ਬਹੁਤ ਜੈਲ ਕਰਦੇ ਹਾਂ ਅਸੀਂ ਜੋ ਵੀ ਡਾਇਲੋਗਸ ਵਗੈਰਾ ਹੁੰਦੇ ਹੈ ਔਰ ਕਿਸੇ ਐਕਟਰ ਦੇ ਨਾਲ ਤੁਹਾਡਾ ਜਿੱਦਾਂ ਮੈਂ ਜੌਨੀ ਜੀ ਦੇ ਨਾਲ ਕਰਦੀ ਸੀ ਉਹ ਬਹੁਤ ਅੱਛਾ ਨਿਕਲ ਕੇ ਆਉਂਦੇ ਸੀ ਸੀਨਸ ਔਰ ਕੁਛ ਇੱਕ ਐਕਟਰਸ ਨੇ ਤੁਹਾਨੂੰ ਮਜ਼ਾ ਆਉਂਦਾ ਤਾਂ ਜਦੋਂ ਵੀ ਮੈਨੂੰ ਕੋਈ ਵੀ ਕਹਿ ਦਿੰਦਾ ਨਾ ਕਿ ਪੱਲਾ ਜੀ ਉਹਦੇ 'ਚ ਤਾਂ ਮੈਂ ਵੀ ਅੱਖਾਂ ਮੀਚ ਕੇ ਸਾਈਨ ਕਰਦੀ ਪੱਲਾ ਜੀ ਹੱਥ ਦਿਨ ਬਣ ਗਿਆ ਜੋ ਤੁਹਾਡੀ ਪਾਰਟੀ ਮੰਨਦੀ ਹੈ ਪਾਰਟੀ ਸੱਚੀ ਮੰਨਦੀ ਕਿੱਟੀ ਪਾਰਟੀ ਮੰਨਦੀ ਹੈ ਕਿੱਟੀ ਪਾਰਟੀ ਚਲੋ ਆਪਾਂ ਜਾਣ ਤੋਂ ਪਹਿਲਾਂ ਸਾਡੀ ਆਡੀਅੰਸ ਨੂੰ ਕਿੱਟੀ ਪਾਰਟੀ ਦੇਖਣ ਲਈ ਨਾ ਐਕਸਾਈਟਿਡ ਰਹਿਣਾ ਮੈਸੇਜ ਪਾ ਦਿਓ ਇੱਕ ਵਾਰ ਦੇਖੋ ਜੀ ਮੈਂ ਆਡੀਅੰਸ ਨੂੰ ਬੇਨਤੀ ਕਰੂੰਗਾ ਕਿ ਬਾਕੀ ਫਿਲਮਾਂ ਦੀ ਤਰ੍ਹਾਂ ਇਸ ਨੂੰ ਵੀ ਪਿਆਰ ਦਿਓ ਔਰ ਮੈਂ ਤਾਂ ਪਾਸਨਾ ਜੀ ਇੱਕ ਫਿਲਮ ਹੋਰ ਸੀ ਜਿਵੇਂ ਤੁਸੀਂ ਪੁਖਰਾਜ ਦੀ ਗੱਲ ਕੀਤੀ ਉਹਦੀ ਅਸੀਂ ਮੂਵੀ ਡੈਬਿਊ ਕਰਨ ਜਾ ਰਿਹਾ ਐਜ਼ ਏ ਹੀਰੋ ਪੁਖਰਾਜ ਉਸ ਫਿਲਮ ਦਾ ਨਾਂ ਹੈ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਅਤੇ ਉਸਦੇ ਵਿੱਚ ਪਾਸਨਾ ਜੀ ਹੈ ਨਾਲ ਪੁਖਰਾਜ ਪਹਿਲਾਂ ਹੀਰੋ ਆ ਔਰ ਅਨੀਤਾ ਦੇਵਗਨ ਜੀ ਨੇ ਰਾਣਾ ਜੰਗ ਬਹਾਦਰ ਜੀ ਨੇ ਹੋਰ ਵੀ ਬਹੁਤ ਸਾਰੇ ਫਨਕਾਰ ਉਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਅਤੇ ਨੈਕਸਟ ਈਅਰ ਉਹ ਫਿਲਮ ਆਏਗੀ ਕਿੱਟੀ ਪਾਰਟੀ ਦੇ ਨਾਲ ਨਾਲ ਉਸ ਫਿਲਮ ਦਾ ਵੀ ਆਨੰਦ ਮਾਣਿਓ ਜਿਹਦਾ ਨਾਂ ਹੈ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਮੀਨੀਆ ਅੱਜ ਆਪਾਂ ਆ ਗਿਆ ਆਉਣ ਵਾਲੀ ਮੂਵੀ ਕਿੱਟੀ ਪਾਰਟੀ ਦੇ ਸੈੱਟ ਤੇ ਇੱਥੇ ਚੱਲ ਰਿਹਾ ਵਿਆਹ ਦਾ ਸੀਨ ਮੇਰੇ ਨਾਲ ਬੈਠੇ ਬੜੇ ਕਿਊਟ ਐਂਡ ਹੈਂਡਸਮ ਜਾਨਾ ਰਣਵੀਰ ਜੀ ਇਹਨਾਂ ਤੋਂ ਪੁੱਛਦੇ ਕਿ ਅੱਜ ਹੋ ਕੀ ਰਿਹਾ ਇੱਥੇ ਐਕਚੁਅਲੀ ਰਾਣਾ ਜੀ ਵੈਲਕਮ ਟੂ ਪੰਜਾਬੀ ਮੀਨੀਆ ਪਹਿਲੇ ਤਾਂ ਬਹੁਤ ਥੈਂਕ ਯੂ ਤੁਹਾਡਾ ਪ੍ਰਾਚੀ ਪਹਿਲਾਂ ਤਾਂ ਮੈਨੂੰ ਕਿਊਟ ਕਹਿਣ ਲਈ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਡਾ ਧੰਨਵਾਦ ਤੁਸੀਂ ਚੱਲ ਕੇ ਇੰਨੀ ਗਰਮੀ ਦੇ ਵਿੱਚ ਸਾਡੇ ਨਾਲ ਗੱਲਾਂ ਕਰਨਾ ਤੇ ਕੀ ਚੱਲ ਰਿਹਾ ਅੱਜ ਕਿਹਦਾ ਵਿਆਹ ਤੁਹਾਡਾ ਵਿਆਹ ਹੈ ਕਿ ਕਿਹਦਾ ਵਿਆਹ ਅੱਜ ਨਹੀਂ ਮੈਂ ਤਾਂ ਹਜੇ ਵਿਆਹ ਕਾਉਣ ਦੇ ਚੱਕਰ ਦੇ ਵਿੱਚ ਹੀ ਹਾਂ ਮੇਰਾ ਚੱਕਰ ਚੱਲ ਮੇਰਾ ਚੱਕਰ ਚੱਲ ਰਿਹਾ ਫਿਲਮ ਦੇ ਵਿੱਚ ਪਰ ਚੱਕਰ ਹਜੇ ਅਧੂਰਾ ਹੀ ਹੈ ਤੇ ਵਿਆਹ ਸਾਡੇ ਹੀਰੋ ਦਾ ਹੋ ਰਿਹਾ ਤੇ ਨਵ ਬਾਜਵਾ ਨਾਲ ਮੇਰੀ ਐਜ਼ ਐਨ ਐਕਟਰ ਇਹ ਦੂਜੀ ਫਿਲਮ ਤੇ ਬਟ ਉਹਨਾਂ ਦੀ ਨਿਰਦੇਸ਼ਨਾ 'ਚ ਪਹਿਲੀ ਫਿਲਮ ਕਰ ਰਿਹਾ ਮੈਂ ਅੱਛਾ ਵਿਆਹ ਦਾ ਮਾਹੌਲ ਬਣਿਆ ਤੇ ਇੱਕ ਪਹਿਲੇ ਹੀ ਸ਼ਾਟ ਦੇ ਕੇ ਆਇਆ ਮੇਰਾ ਪਹਿਲਾ ਦਿਨ ਆ ਸੈੱਟ ਦੇ ਉੱਤੇ ਤੇ ਡਾਂਸ ਡੂੰਸ ਘੱਟ ਆਉਂਦਾ ਬਸ ਮੋਟੇ ਮੋਟੇ ਜਿਹੇ ਹਿਲਾ ਕੇ ਆਇਆ ਨਹੀਂ ਤੁਹਾਡਾ ਡਾਂਸ ਆਪਾਂ ਬੜਾ ਦੇਖਿਆ ਤੇ ਦੂਜੀ ਗੱਲ ਪਿਕਚਰ ਦਾ ਨਾਮ ਹੈ ਜੀ ਕਿੱਟੀ ਪਾਰਟੀ ਕਿੰਨੇ ਦੀ ਕਿੱਟੀ ਪਾਈ ਹੈ ਅਸੀਂ ਕਿੱਟੀ ਪਾਰਟੀ ਵਾਲਿਆਂ ਨੂੰ ਬਚਾਉਣ ਵਾਲੇ ਹਾਂ ਕਿੱਟੀ ਪਾਰਟੀ ਨੇ ਚੱਕਰਾਂ 'ਚ ਪਾਏ ਹੋਏ ਹਾਂ ਕਿੱਟੀ ਪਾਰਟੀ ਪਾਈ ਨਹੀਂ ਹੋਈ ਅਤੇ ਕਿੱਟੀ ਪਾਰਟੀ ਪਾਉਣ ਵਾਲੀਆਂ ਸਾਨੂੰ ਭਜਾਈ ਫਿਰਦੀਆਂ ਅੱਛਾ ਠੀਕ ਹੈ ਅਤੇ ਹੁਣ ਕਿੱਟੀ ਪਾਰਟੀ ਦੀ ਗੱਲ ਕਰੀਏ ਅੱਜ ਕੱਲ੍ਹ ਬੜਾ ਫੈਸ਼ਨ ਚੱਲ ਰਿਹਾ ਕਿ ਬੱਚੇ ਕੰਪਲੇਂਟ ਕਰਦੇ ਆ ਮੰਮੀ ਨੇ ਹੋਮਵਰਕ ਨਹੀਂ ਕਰਾਇਆ ਹਸਬੈਂਡਸ ਕਹਿੰਦੇ ਜੀ ਖਾਣਾ ਨਹੀਂ ਬਣਾਇਆ ਜੀ ਕਿੱਟੀ ਪਾਰਟੀ 'ਤੇ ਗਈ ਹੋਈ ਹੈ ਹੋਰ ਤੁਸੀਂ ਕੀ ਕਹੋਗੇ ਇਸ ਬਾਰੇ ਗੋਜ਼ ਅਰਾਊਂਡ ਕਮਜ਼ ਅਰਾਊਂਡ ਬੰਦਿਆਂ ਨੇ ਕਿਹੜਾ ਘੱਟ ਕੀਤੀਆਂ ਨੇ ਸੋ ਜਦੋਂ ਪਹਿਲਾਂ ਬੰਦੇ ਨਹੀਂ ਹੱਥ ਆਉਂਦੇ ਸੀ ਸੋ ਹੁਣ ਸਮਾਂ ਚੇਂਜ ਹੋ ਰਿਹਾ ਅਤੇ ਔਰਤ ਨੂੰ ਵੀ ਆਪਣੀ ਆਜ਼ਾਦੀ ਦੇ ਨਾਲ ਉਹਨੂੰ ਆਪਣਾ ਫਨ ਕਰਨ ਦੀ ਮਤਲਬ ਕਿ ਹੈਗੀ ਹੈ ਪਰ ਇੰਨਾ ਹੀ ਫਨ ਜਿੱਥੇ ਮਰਜ਼ੀ ਕਰੋ ਜਿੰਨਾ ਮਰਜ਼ੀ ਕਰੋ ਬਟ ਆਪਣੇ ਬੱਚਿਆਂ ਨੂੰ ਆਪਣੀ ਜਿਹੜੀ ਤੁਹਾਡੀ ਅਸਲੀ ਕਿੱਟੀ ਹੈ ਅਸਲੀ ਦੌਲਤ ਆ ਉਹਨੂੰ ਇਗਨੋਰ ਨਾ ਕਰੋ ਠੀਕ ਅਤੇ ਰਾਣਾ ਜੀ ਜੇ ਆਪਾਂ ਗੱਲ ਕਰੀਏ ਤੁਹਾਡਾ ਪ੍ਰੋਜੈਕਟ ਹੈ ਨਵਬਾਗ ਨਾਲ ਦੂਜਾ ਪ੍ਰੋਜੈਕਟ ਇੰਨਾ ਟਾਈਮ ਕਿਉਂ ਲੱਗਿਆ ਉਹਨਾਂ ਨਾਲ ਆਉਣ 'ਚ ਕਿ ਤੁਹਾਨੂੰ ਔਫਰ ਹੀ ਉਹਨਾਂ ਦੀ ਦੂਜੀ ਫਿਲਮ ਆਈ ਹੋਈ ਹੈ ਪਹਿਲੀ ਫਿਲਮ ਅਸੀਂ ਇੱਕ ਸ਼ਾਰਟ ਫਿਲਮ ਕੀਤੀ ਸੀ ਇੱਕ ਘੰਟੇ ਅਤੇ ਇਸ ਫਿਲਮ ਲਈ ਨਵ ਨੇ ਜਦੋਂ ਮੇਰੇ ਨਾਲ ਡੇਢ ਮਹੀਨਾ ਪਹਿਲਾਂ ਗੱਲ ਕੀਤੀ ਤਾਂ ਮੈਨੂੰ ਕਰੈਕਟਰ ਸੁਣਾਇਆ ਮੈਨੂੰ ਅੱਛਾ ਲੱਗਿਆ ਅਤੇ ਹੁਣ ਕਾਫੀ ਦੇਰ ਤੋਂ ਨਾ ਜਿਹੜੇ ਕਰੈਕਟਰ ਮੈਨੂੰ ਆਪ ਨੂੰ ਅਪੀਲ ਕਰਦੇ ਨੇ ਉਹ ਲੈਣਾ ਕਿਉਂਕਿ ਹੁਣ ਸਿਰਫ ਪੈਸਾ ਕਮਾਉਣ ਦਾ ਚੱਕਰ ਨਹੀਂ ਰਿਹਾ ਹੈ ਨਾ ਅਤੇ ਹੁਣ ਇਹ ਹੈ ਕਿ ਦੇਖ ਕੇ ਅੱਗੇ ਪੱਪ ਪੱਟੀਏ ਸੋ ਨਵ ਬਹੁਤ ਕੂਲ ਗਾਇਆ ਹੈ ਬਹੁਤ ਸਮਝਦਾਰ ਹੈ ਔਰ ਜਾਣਦੇ ਅਸੀਂ ਬਹੁਤ ਪੁਰਾਣੇ ਹਾਂ ਦੋਨੇ ਪਟਿਆਲੇ ਤੋਂ ਹੀ ਹਾਂ ਸੋ ਪਰ ਆਹ ਕੰਮ ਕਰਕੇ ਮੈਨੂੰ ਲੱਗਦਾ ਜ਼ਿਆਦਾ ਮਜ਼ਾ ਆਊਗਾ ਕਿਉਂਕਿ ਇਹਦੇ ਵਿੱਚ ਮੇਰਾ ਅਤੇ ਨਵ ਦਾ ਕਾਫੀ ਟਰੈਕ ਹੈ ਠੀਕ ਹੈ ਤੇ ਰਾਣਾ ਜੀ ਤੁਸੀਂ ਕੀ ਸੁਣ ਕੇ ਇਸ ਪਿਕਚਰ ਨੂੰ ਹਾਂ ਕੀਤਾ ਸੀ ਇਹੋ ਜਿਹਾ ਕਿਹੜਾ ਪਲੋਟ ਸੀ ਜੋ ਤੁਹਾਨੂੰ ਬਹੁਤ ਅਪੀਲ ਕੀਤਾ ਸੀ ਇੱਕ ਤਾਂ ਇਹ ਹੈ ਕਿ ਫਨ ਬਹੁਤ ਜ਼ਿਆਦਾ ਹੈ ਹੀ ਹੈ ਪਰ ਮੀਨਿੰਗਫੁੱਲ ਹੈ ਇੱਕ ਮੈਸੇਜ ਹੈਗਾ ਇਹਦੇ ਵਿੱਚ ਹੈ ਨਾ ਕਿ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆ ਕੇ ਆਪਣਾ ਆਪ ਖਰਾਬ ਨਹੀਂ ਕਰਨਾ ਚਾਹੀਦਾ ਆਪਣਾ ਆਪ ਲਟਾਉਣਾ ਨਹੀਂ ਚਾਹੀਦਾ ਦੂਜਾ ਮਿੱਤਰਤਾ ਜਿਹੜੀ ਹੈਗੀ ਹੈ ਨਾ ਜਿਹੜਾ ਦੋਨਾਂ ਦੀ ਬਾਉਂਡਿੰਗ ਹੈ ਹੀਰੋ ਅਤੇ ਮੇਰੀ ਉਹ ਬਹੁਤ ਅੱਛੀ ਹੈ ਇਹਦੇ ਵਿੱਚ ਸੋ ਮੇਰਾ ਇੱਕ ਮਕੈਨਿਕ ਦਾ ਕਰੈਕਟਰ ਹੋਏਗਾ ਅਤੇ ਜਿਹੜਾ ਕਿ ਹਰ ਔਫ ਸੌਕ ਦੇ ਵਿੱਚ ਨਾਲ ਖੜਦਾ ਡਰੂ ਵੀ ਹੈ ਪਰ ਸਟੈਂਡ ਲੈ ਲੈਂਦਾ ਠੀਕ ਹੈ
ਤੇ ਰਾਣਾ ਜੀ ਤੁਸੀਂ ਬਹੁਤ ਦੇਰ ਤੋਂ ਇੰਡਸਟਰੀ 'ਚ ਹੋ, ਬਹੁਤ ਜ਼ਿਆਦਾ ਵਧੀਆ ਫਿਲਮਸ ਇੰਡਸਟਰੀ ਨੂੰ ਦੇ ਚੁੱਕੇ ਹੋ, ਅਤੇ ਤੁਹਾਡੇ ਅਕੋਰਡਿੰਗਲੀ ਹੁਣ ਜਿਹੜੇ ਨਵੇਂ ਹੀਰੋਜ਼ ਆਏ ਹੋ ਤੁਹਾਡੇ ਅਕੋਰਡਿੰਗਲੀ ਬੈਸਟ ਕਿਹੜਾ ਹੈ ਜੋ ਤੁਹਾਡੀ ਬੋਲੀਵੁੱਡ ਇੰਡਸਟਰੀ 'ਚ? ਮੇਰੀ ਲੜਾਈ ਕਰਾਉਣੀ? ਨਹੀਂ ਨਹੀਂ, ਆਪਾਂ ਤੁਹਾਡਾ ਜੈਨੂਅਨ ਓਪੀਨੀਅਨ ਪੁੱਛੋ, ਤੁਹਾਡੇ ਅਕੋਰਡਿੰਗਲੀ ਤੁਹਾਨੂੰ ਕਿਹੜਾ ਸਭ ਤੋਂ ਵਧੀਆ ਜੀ ਐਕਟਿੰਗ ਬੜੀ ਨੈਚੁਰਲ ਅਤੇ ਵਰਸਟਾਈਲ ਲੱਗਦੀ ਆ? ਦਿਲਜੀਤ ਭਾਅ ਜੀ ਬਹੁਤ ਅੱਛੇ ਨੇ, ਦਿਲਜੀਤ ਭਾਅ ਜੀ ਹੋਰੀ, ਗਿੱਪੀ ਗਰੇਵਾਲ ਹੋਰਾਂ ਨਾਲ ਕੰਮ ਕੀਤਾ, ਅਮਰਿੰਦਰ ਗਿੱਲ ਨਾਲ ਕੰਮ ਕੀਤਾ, ਪਰ ਜਿਹੜਾ ਸਭ ਤੋਂ ਜ਼ਿਆਦਾ ਕੀ ਹੁੰਦਾ ਕਿ ਜਿੱਥੇ ਸਿੱਖਣ ਨੂੰ ਵੀ ਮਿਲ ਜਾਂਦਾ ਉਹ ਮੈਨੂੰ ਜਿੰਮੀ ਸ਼ੇਰਗਿੱਲ ਹੋਰਾਂ ਤੋਂ ਬਹੁਤ ਜ਼ਿਆਦਾ ਕੁਛ ਸਿੱਖਣ ਨੂੰ ਮਿਲਦਾ, ਅਤੇ ਕਿਉਂਕਿ ਮੈਚਿਓਰ ਐਕਟਰ ਨੇ ਹੈ ਨਾ, ਅਤੇ ਬੜੀ ਦੁਨੀਆ ਦੇਖੀ ਉਹਨਾਂ ਨੇ। ਬਾਕੀ ਅੱਜ ਦੇ ਸਮੇਂ ਦੇ ਵਿੱਚ ਹੁਣ ਸਾਡਾ ਦੇਵ ਕਰੌੜ ਚੰਗਾ ਕੰਮ ਕਰ ਰਿਹਾ ਹੈ ਨਾ, ਬਿੰਨੂ ਢਿੱਲੋਂ ਤਾਂ ਮੈਂ ਕਲਾਸ ਫੈਲੋ ਹੀ ਹਾਂ, ਅਸੀਂ ਤਾਂ ਪਲੇਅ ਵੀ ਇਕੱਠੇ ਕਰਦੇ ਰਹੇ ਹਾਂ, ਮਸਤੀ ਬਹੁਤ ਇਕੱਠੇ ਕੀਤੀ ਹੈ, ਫਿਲਮਾਂ ਅਸੀਂ ਘੱਟ ਇਕੱਠਿਆਂ ਨਹੀਂ ਕੀਤੀਆਂ ਨੇ, ਪਰ ਜਿੰਨੀ ਕੀਤੀ ਸਾਡੀ ਬਾਉਂਡਿੰਗ ਚੰਗੀ ਹੁੰਦੀ। ਸੋ ਮੈਂ ਜ਼ਿਆਦਾ ਜਿਹੜਾ ਸਿੱਖਦਾ ਹੀਰੋ ਦੇ ਉੱਤੋਂ ਉਹ ਮੈਂ ਜਿੰਮੀ ਸ਼ੇਰਗਿੱਲ ਤੋਂ ਸਿੱਖਦਾ, ਜੇ ਫਿਲਮ ਦੇ ਸੈੱਟ ਉੱਤੇ ਸੀਨੀਅਰ ਕਲਾਕਾਰਾਂ ਤੋਂ ਸਿੱਖਦਾ ਤਾਂ ਉਹ ਮੈਂ ਸਰਦਾਰ ਸੋਹੀ ਸਾਹਿਬ ਤੋਂ ਸਿੱਖਦਾ। ਠੀਕ ਹੈ, ਅਤੇ ਰਾਣਾ ਜੀ ਜਾਣ ਤੋਂ ਪਹਿਲਾਂ ਇਸ ਤੋਂ ਬਾਅਦ ਹੋਰ ਕਿਹੜੇ ਪ੍ਰੋਜੈਕਟਸ ਜਾ ਰਹੇ ਹੋ? ਇਸ ਤੋਂ ਬਾਅਦ ਇੱਕ ਤਾਂ ਇਹ ਫਿਲਮ ਹੈ, ਇੱਕ ਦੋ ਦੂਣੀ ਪੰਜ ਕਰ ਰਹੇ ਹਾਂ ਹੈਰੀ ਭੱਟੀ ਹੋਰਾਂ ਨਾਲ, ਉਹਦੇ ਵਿੱਚ ਬੜਾ ਡਿਫਰੈਂਟ ਕਰੈਕਟਰ ਹੈ, ਬੜੀ ਡਿਫਰੈਂਟ ਲੁੱਕ ਹੈ, ਜੱਜ ਦਾ ਕਿਰਦਾਰ ਆ ਉਹਦੇ ਵਿੱਚ, ਸੋ ਉਹ ਫਿਲਮ ਆਏਗੀ। ਅਤੇ ਹਾਲੇ ਫਿਲਹਾਲ ਮੈਂ ਦੋ ਫਿਲਮਾਂ ਹੀ ਕਰ ਰਿਹਾ, ਉਸ ਤੋਂ ਬਾਅਦ ਦੇਖਦੇ ਹਾਂ ਕੋਈ ਚੰਗੀ ਔਫਰ ਆਈ ਤਾਂ ਕਰਾਂਗੇ, ਨਹੀਂ। ਅੱਛਾ, ਮਤਲਬ ਤੁਸੀਂ ਚੰਗੀ ਔਫਰ, ਮਤਲਬ ਹੁਣ ਪ੍ਰੋਪਰ ਕਿਹੜਾ ਪਲੋਟ ਦੇਖਦੇ, ਚੰਗੀ ਔਫਰ ਦਾ ਕੀ ਮਤਲਬ ਹੈ? ਇੱਕ ਤਾਂ ਇਹ ਹੁੰਦਾ ਕਰੈਕਟਰ ਸਾਨੂੰ ਉਸ ਤਰ੍ਹਾਂ ਦੀ ਮਿਲਣ ਲੱਗ ਜਾਂਦੇ ਜਿਸ ਤਰ੍ਹਾਂ ਅਸੀਂ ਪਹਿਲਾਂ ਕੀਤੇ ਹੁੰਦੇ ਨਾ, ਸੇਮ ਵੀ ਸ਼ੈਂਪੀ ਟਾਈਪ ਕਰੈਕਟਰ ਆ ਗਿਆ ਜਾਂ ਇਹਨੇ ਹਸਾਉਣਾ ਹੀ ਹੈ ਜਿਵੇਂ ਹਸ਼ਰ ਵਿੱਚ ਕੀਤਾ ਸੀ ਜਾਂ ਉਹ ਜਿਹੇ ਕਰੈਕਟਰ ਆ ਜਾਂਦੇ ਨੇ। ਮੈਂ ਚਾਹੁੰਦਾ ਕੁਝ ਹਟ ਕੇ ਮਿਲੇ, ਕੁਝ ਹਟ ਕੇ ਮੈਨੂੰ ਜਿਹੜਾ ਚੈਲੇਂਜ ਕਰਨ ਵਾਲਾ ਹੋਵੇ ਉਹ ਵੀ ਮਿਲੇ, ਅਤੇ ਇੱਕ ਇਹ ਆ ਕਿ ਹੁਣ ਆਪਣੇ ਆਪ ਲਈ ਵੀ ਜਾਣਾ ਹੈ, ਆਪਣੇ ਆਪ ਲਈ ਵੀ ਕਰਨਾ ਹੈ ਅੱਗੇ, ਤੋ ਜਿਹੜਾ ਗ੍ਰੇਸਫੁਲੀ ਕੰਮ ਕਰਾਏਗਾ ਉਹਦੇ ਨਾਲ ਹੀ ਕੰਮ ਕਰਨਾ। ਠੀਕ ਹੈ, ਤਿੰਨ ਜੇ ਇੱਕ ਸਾਲ ਸਾਡਾ ਰਹਿ ਗਿਆ ਤੁਹਾਡੇ ਨਾਲ, ਵੈਸੇ ਆਪਾਂ ਹੀਰੋ ਪੁੱਛ ਲਏ, ਹੀਰੋਇਨ ਕਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗ ਰਹੀ ਹੈ ਇਸ ਟਾਈਮ ਦੀ? ਹੀਰੋ ਨਾ ਮੇਰਾ ਤਾਂ ਵਾਹ ਘੱਟ ਹੀ ਪੈਂਦਾ ਹੈ ਨਾ, ਸਾਡਾ ਤਾਂ ਅਸੀਂ ਤਾਂ ਸਾਈਡ 'ਤੇ ਰਹਿ ਜਾਂਦੇ ਹਾਂ। ਨੀਰੂ ਬਾਜਵਾ ਬਹੁਤ ਅੱਛਾ ਕੰਮ ਕਰਦੀ ਹੈ, ਗਰਲੀਨ ਚੋਪੜਾ ਨਾਲ ਮੈਂ ਕੰਮ ਕੀਤਾ ਸੀਗਾ, ਉਹ ਬਹੁਤ ਅੱਛੀ ਹੈ। ਸਿੰਮੀ ਬਹੁਤ, ਸਿੰਮੀ ਦੇ ਵਿੱਚ ਬਹੁਤ ਸੰਭਾਵਨਾਵਾਂ ਨੇ, ਸਿੰਮੀ ਲੰਬੀ ਰੇਸ ਖੇਡੇਗੀ, ਬਹੁਤ ਅੱਗੇ ਜਾਏਗੀ, ਔਰ ਵਰਾਇਟੀ ਲੈ ਕੇ ਆਉਂਦੀ ਆ ਉਹ ਬਹੁਤ ਜ਼ਿਆਦਾ, ਔਰ ਵਾਮਿਕਾ ਗੱਬੀ ਮੈਨੂੰ ਵਾਮਿਕਾ ਬਹੁਤ ਅਪੀਲ ਕਰਦੀ ਹੈ, ਉਹਦੇ ਵਿੱਚ ਇੱਕ ਐਕਟਰ ਦੇ ਤੌਰ 'ਤੇ ਕਾਫੀ ਸੰਭਾਵਨਾਵਾਂ ਨੇ, ਔਰ ਉਹ ਕਰੈਕਟਰ ਨੂੰ ਫੜ ਕੇ ਤੁਰਦੀਆਂ ਨੇ ਸਿੰਮੀ ਅਤੇ ਵਾਮਿਕਾ। ਠੀਕ ਹੈ, ਅਤੇ ਸਾਡੇ ਨਾਲ ਸੀਗੇ ਰਾਣਾ ਰਣਵੀਰ ਜੀ, ਹੁਣ ਇਹਨਾਂ ਨੂੰ ਆਪਾਂ ਮਿਲਾਂਗੇ ਕਿੱਟੀ ਪਾਰਟੀ ਮੂਵੀਜ਼ ਥੀਏਟਰਾਂ 'ਚ। ਥੈਂਕ ਯੂ ਸਾਡੇ ਨਾਲ ਜੁੜਨ ਲਈ। ਥੈਂਕ ਯੂ ਭਰਾ, ਥੈਂਕ ਯੂ। ਜਿਵੇਂ ਤੁਹਾਨੂੰ ਦੱਸਿਆ ਸੀ ਆਪਾਂ ਹੋਏ ਹਾਂ ਅੱਜ ਕਿੱਟੀ ਪਾਰਟੀ ਦੇ ਔਨ ਲੋਕੇਸ਼ਨ ਸ਼ੂਟ 'ਤੇ, ਅਤੇ ਸਾਡੇ ਨਾਲ ਬੈਠੇ ਕਿੱਟੀ ਪਾਰਟੀ ਦੇ ਇੱਕ ਹੈੱਡ ਯਾਨੀ ਕਿ ਨੀਲੂ ਜੀ। ਨੀਲੂ ਜੀ, ਵੈਲਕਮ ਟੂ ਪੰਜਾਬੀ ਮੀਡੀਆ। ਥੈਂਕ ਯੂ ਸੋ ਮਚ। ਅਤੇ ਆਪਾਂ ਇਹਨਾਂ ਨਾਲ ਥੋੜ੍ਹੇ ਖਫਾ, ਇਹਨਾਂ ਨੇ ਸਾਨੂੰ ਕੁਛ ਪੁੱਛਿਆ ਹੀ ਨਹੀਂ ਕਿੱਟੀ ਪਾਰਟੀ ਦੇ ਨਾਲ, ਪਕੌੜੇ ਪੁੱਛੇ ਨਾ ਚਾਹ ਪੁੱਛੇ। ਮੈਂ ਜੋ ਖਾਇਆ ਖਾਣੀ ਆ ਉਹ ਮੈਂ ਤੁਹਾਨੂੰ ਪੁੱਛਿਆ, ਤੁਹਾਨੂੰ ਕਿਹਾ ਬਟਰ ਚਿਕਨ ਪੁੱਛਿਆ ਸੀ। ਪੰਜਾਬੀ ਇੰਡਸਟਰੀ ਚ ਤੁਸੀਂ ਇੰਨਾ ਵਧੀਆ ਪ੍ਰੋਜੈਕਟ ਕਰਦੇ ਹੋ, ਮਤਲਬ ਟੀਵੀ ਇੰਨਾ ਸਾਲ ਤੁਸੀਂ ਟੀਵੀ ਕੀਤਾ, ਬੜੇ ਹਾਊਸਫੁਲ 2 ਵਰਗੀ ਬਹੁਤ ਸਕਸੈਸਫੁਲ ਮੂਵੀਜ਼ ਤੁਸੀਂ ਇੰਡਸਟਰੀ ਨੂੰ ਦਿੱਤੀ ਹੈ, ਵਾਟ ਗੈਟਸ ਯੂ ਬੈਕ ਟੂ ਪੰਜਾਬੀ ਇੰਡਸਟਰੀ ਬੈਕ ਅਗੇਨ ਐਂਡ ਅਗੇਨ? ਐਕਚੁਅਲੀ ਗੈਟ ਬੈਕ ਤੋਂ ਜ਼ਿਆਦਾ ਮੈਂ ਆਪਣੇ ਇਸ ਫਿਲਮ ਨੂੰ ਆਪਣਾ ਡੈਬਿਊ ਕਹਾਂਗੀ ਪੰਜਾਬੀ 'ਚ। ਮੈਂ ਹਾਲੇ ਤੱਕ ਕੋਈ ਵੀ ਕਮਰਸ਼ੀਅਲ ਪੰਜਾਬੀ ਸਿਨੇਮਾ ਨਹੀਂ ਕੀਤਾ ਹੋਇਆ। ਮੈਂ ਬੜੇ ਸਾਲ ਪਹਿਲਾਂ ਇੱਕ ਫਿਲਮ ਕੀਤੀ ਸੀ ਸਤਿ ਸ਼੍ਰੀ ਅਕਾਲ, ਉਸ ਤੋਂ ਇਲਾਵਾ ਇੱਕ ਅੱਧ ਕੋਈ ਬਹੁਤ ਸਾਲ ਪਹਿਲਾਂ, ਅਤੇ ਇਹ ਮੇਰਾ ਫਸਟ ਅਟੈਂਪਟ ਹੈ ਕਮਰਸ਼ੀਅਲ ਹਾਰਡ ਕੋਰ ਕਮਰਸ਼ੀਅਲ ਪੰਜਾਬੀ ਸਿਨੇਮਾ ਵਿੱਚ। ਠੀਕ ਹੈ, ਅਤੇ ਮਤਲਬ ਤੁਹਾਨੂੰ ਹੋਰ ਪ੍ਰੋਜੈਕਟਸ ਆਫਰ ਨਹੀਂ ਹੋਏ ਸੀ ਕਿ ਜਾਂ ਤੁਸੀਂ ਆਪ ਮਤਲਬ ਇਸੇ ਪਲੇ ਤੁਹਾਨੂੰ ਅਪੀਲ ਕੀਤਾ ਹੈ ਪ੍ਰੋਜੈਕਟ ਬਹੁਤ ਜ਼ਿਆਦਾ? ਹਾਂ, ਐਕਚੁਅਲੀ ਮੈਂ ਮੇਰੀ ਬੇਟੀ ਦਾ ਵਿਆਹ ਹੈ ਅਤੇ ਮੈਂ ਇਸ ਕਰਕੇ ਕੋਈ ਸੀਰੀਅਲ ਨਹੀਂ ਲੈ ਰਹੀ ਸੀ ਕਿ ਜੇ ਸੀਰੀਅਲ ਲੈ ਲਓ ਤਾਂ ਬੰਦਾ ਬਚ ਜਾਂਦਾ, ਹੁਣ ਤਾਂ ਮਿਠਾਈ ਖਾਣੀ ਪੈਣੀ ਹੈ, ਬਿਲਕੁਲ ਬਿਲਕੁਲ ਖਿਲਾਣੀ ਪੈਣੀ ਹੈ ਤੁਹਾਨੂੰ, ਅਤੇ ਨੈਕਸਟ ਈਅਰ ਹੈ, ਪਰ ਕੀ ਹੁੰਦਾ ਤੁਸੀਂ ਇੱਕ ਵਾਰ ਕਮਿਟ ਕਰ ਦਿਓ ਫਿਰ ਤੁਸੀਂ ਜਦ ਤੱਕ ਸੀਰੀਅਲ ਹੈ, ਕਮਿਟਮੈਂਟ ਉਸਦੇ ਨਾਲ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਮੈਂ ਇਸ ਟਾਈਮ ਰੈਡੀ ਨਹੀਂ ਸੀ ਇਸ ਤਰ੍ਹਾਂ ਦੇ ਕਮਿਟਮੈਂਟ ਲਈ, ਅਤੇ ਇਨ ਦ ਮੀਨ ਟਾਈਮ ਮੈਨੂੰ ਇਹ ਔਫਰ ਹੋਇਆ, ਅਤੇ
ਮੈਂ ਥੋੜਾ ਜਿਹਾ ਹਿਚਕਚਾਈ ਵੀ ਕਿ ਪਤਾ ਨਹੀਂ ਸਹੀ ਕਰ ਰਹੀਆਂ ਨਹੀਂ ਕਰ ਰਹੀਆਂ, ਕਿਉਂਕਿ ਮੈਂ ਇਸ ਇੰਡਸਟਰੀ ਤੋਂ ਨਹੀਂ ਹਾਂ ਔਰ ਮੇਰੀ ਨਾ ਥੋੜ੍ਹੀ ਜਿਹੀ, ਕਿਉਂਕਿ ਮੈਂ ਪੰਜਾਬ ਰਹੀ ਨਹੀਂ, ਮੈਂ ਝਾਰਖੰਡ ਦੀ ਹਾਂ, ਬੰਬੇ ਵਿੱਚ ਰਹੀ, ਹਿੰਦੀ ਕੀਤਾ ਅਤੇ ਥੋੜ੍ਹਾ ਜਿਹਾ ਲੈਂਗੁਏਜ ਦਾ ਵੀ ਇਸ਼ੂ ਸੀ ਅਤੇ ਜਦ ਤੁਹਾਡੀ ਲੈਂਗੁਏਜ ਦੀ ਫਲੋ ਇੰਨੀ ਨਹੀਂ ਹੁੰਦੀ ਤਾਂ ਮੈਨੂੰ ਸੀ ਕਿ ਮੈਂ ਕਾਮੇਡੀ ਕਰ ਰਹੀ ਹਾਂ ਔਰ ਜਿਸ ਤਰ੍ਹਾਂ ਫਟ ਯੂ ਨੋ ਪੰਚ ਆਉਣੇ ਚਾਹੀਦੇ, ਜੇ ਤੁਹਾਨੂੰ ਲੈਂਗੁਏਜ ਦੀ ਪ੍ਰੋਬਲਮ ਹੋਏਗੀ ਤਾਂ ਸ਼ਾਇਦ ਥੋੜ੍ਹੀ ਪ੍ਰੋਬਲਮ ਹੋਏ, ਪਰ ਇਸ ਤਰ੍ਹਾਂ ਦਾ ਹੋਇਆ ਨਹੀਂ ਕੁਝ। ਇੱਕ ਤਾਂ ਮੈਂ ਆਪਣੇ ਲਾਈਨਾਂ ਦੇ ਰੱਟੇ ਬਹੁਤ ਅੱਛੇ ਲਾਏ ਅਤੇ ਦੂਜਾ ਲੋੜ ਹੀ ਨਹੀਂ ਪਈ, ਸਭ ਕੁਝ ਇੰਨਾ ਅੱਛਾ ਰਿਹਰਸ ਸੀ, ਇੰਨਾ ਅੱਛਾ ਲਿਖਿਆ ਹੋਇਆ ਹੁਣ ਤੱਕ ਤੇ ਦਿਨੇਸ਼ ਜੀ ਜਿਹੜੇ ਕਾਸਟਿੰਗ ਡਾਇਰੈਕਟਰ ਉਹਨਾਂ ਨੇ ਮੈਨੂੰ ਫੋਨ ਕੀਤਾ ਅਤੇ ਮੈਂ ਉਹਨਾਂ ਨੂੰ ਟਾਈਮ ਮੰਗਿਆ, ਮੈਂ ਕਿਹਾ ਮੈਨੂੰ ਸੋਚਣ ਦਾ ਮੌਕਾ ਦਿਓ ਤੁਸੀਂ, ਅਤੇ ਉਹ ਕਹਿੰਦੇ ਨਹੀਂ ਜੇ ਤੁਸੀਂ ਹਾਂ ਕਰਦੇ ਤਾਂ ਮੈਂ ਇੱਕ ਵਾਰ ਤੁਹਾਡੀ ਡਾਇਰੈਕਟਰ ਨਾਲ ਗੱਲ ਕਰਾ ਦੇ ਅਤੇ ਉਹਨਾਂ ਨੇ ਫਿਰ ਮੇਰੀ ਨਵ ਨਾਲ ਗੱਲ ਕਰਾਈ ਅਤੇ ਉਹੀ ਪਸ਼ੋ ਪਸ਼ ਕਰਾਂ ਨਹੀਂ ਕਰਾਂ ਫਿਰ ਆਈ ਸੈਡ ਓਕੇ ਲੈਟ ਮੀ ਟੇਕ ਇਟ ਔਨ ਐਜ਼ ਅ ਚੈਲੇਂਜ। ਮੈਂ ਐਕਚੁਲੀ ਇਹ ਨਹੀਂ ਕਿ ਮੈਨੂੰ ਇੱਕ ਤਾਂ ਐਕਚੁਲੀ ਇੰਨੇ ਸਾਲ ਹੋ ਗਏ ਪੰਜਾਬੀ ਇੰਡਸਟਰੀ ਦੇ ਬਾਰੇ ਕੁਛ ਪਤਾ ਨਹੀਂ ਸੀ ਅਤੇ ਬੰਦਾ ਨਾ ਇੰਨੇ ਸਾਲ ਕੰਮ ਕਰਕੇ ਆਪਣੇ ਕੰਫਰਟ ਜ਼ੋਨ ਵਿੱਚ ਹੁੰਦਾ ਹੈ ਕਿ ਇਹ ਮੇਰਾ ਸੀਰੀਅਲ ਵਰਲਡ ਹੈ, ਇਹ ਮੇਰਾ ਫਿਲਮ ਵਰਲਡ ਹੈ, ਇਹ ਮੇਰਾ ਐਡ ਵਰਲਡ ਹੈ ਅਤੇ ਹੁਣ ਜਿਹੜਾ ਨਵਾਂ ਸ਼ੁਰੂ ਹੋਇਆ ਵੈੱਬ ਵਰਲਡ, ਅਤੇ ਆਪਣੇ ਜ਼ੋਨ ਵਿੱਚ ਇਨਸਾਨ ਇੰਨਾ ਕੰਫਰਟੇਬਲ ਹੋ ਜਾਂਦਾ ਹੈ ਕਿ ਮੈਨੂੰ ਸੀ ਕਿ ਮੈਂ ਪਲੰਜ ਲਵਾਂ ਨਾ ਲਵਾਂ, ਪਰ ਫਿਰ ਇਸ ਉਮਰ ਵਿੱਚ ਜੇ ਆਪਣੇ ਆਪ ਨੂੰ ਚੈਲੇਂਜ ਨਹੀਂ ਕੀਤਾ ਅਤੇ ਮੈਂ ਸੋਚਿਆ ਕਿ ਮੇਰੇ ਵਾਸਤੇ ਇੱਕ ਲਰਨਿੰਗ ਐਕਸਪੀਰੀਅੰਸ ਹੈ ਅਤੇ ਮੈਂ ਇਸ ਤਰ੍ਹਾਂ ਸ਼ੁਰੂ ਕਰਾਂ ਕਿ ਮੈਂ ਇਹਨੂੰ ਐਜ਼ ਅ ਚੈਲੇਂਜ ਐਕਸੈਪਟ ਕਰਾਂ ਕਿ ਆਪਣੇ ਆਪ ਨੂੰ ਦੇਖਦੀ ਹਾਂ ਕਿ ਕਿੱਥੇ ਫਿੱਟ ਹੁੰਦੀ ਹਾਂ ਮੈਂ, ਮੈਂ ਕਿੰਨਾ ਕਰ ਥੋੜ੍ਹਾ ਜਿਹਾ ਇੱਕ ਐਪਰੀਹੈਂਸ਼ਨ ਵੀ ਸੀ ਪਰ ਆਈ ਥਿੰਕ ਉਹ ਇੱਕ ਦਿਨ ਦਾ ਸੀ, ਉਸ ਤੋਂ ਬਾਅਦ ਤਾਂ ਉਸ ਤਰ੍ਹਾਂ ਹੀ ਹੈ ਜਿੱਦਾਂ ਹੋਰ ਕਿੱਧਰ ਹੁੰਦਾ ਹੈ, ਕੋਈ ਫਰਕ ਨਹੀਂ ਲੱਗਿਆ, ਸਾਰੇ ਇੰਨੇ ਮਿਲਨਸਾਰ ਨੇ। ਇਨਫੈਕਟ ਇਹ ਲਰਨਿੰਗ ਐਕਸਪੀਰੀਅੰਸ ਵੀ ਹੈ ਕਿਉਂਕਿ ਮੈਂ ਆਪਣੀ ਪੰਜਾਬੀ ਪੋਲਿਸ਼ ਕਰ ਰਹੀ ਹਾਂ ਇੱਧਰ ਅਤੇ ਇੱਕ ਨਵੀਂ ਚੀਜ਼ ਸਿੱਖ ਰਹੀ ਹਾਂ ਅਤੇ ਲਰਨਿੰਗ ਇਜ਼ ਆਲਵੇਜ਼ ਗਰੋਥ। ਤੇ ਨੀਲੂ ਜੀ ਹੁਣ ਤੁਸੀਂ ਹੋਰ ਪਿਕਚਰਸ 'ਚ ਵੀ ਤੁਹਾਨੂੰ ਦੇਖਣ ਨੂੰ ਮਿਲੋਗੇ ਪੰਜਾਬੀ? ਹਾਂਜੀ ਹਾਂਜੀ, ਪੰਜਾਬੀ ਤਾਂ ਹਾਲੇ ਮੇਰੀ ਫਸਟ ਹੈ, ਅੱਗੇ ਜੋ ਉੱਪਰ ਵਾਲਾ ਚਾਹੇ, ਪਰ ਹਾਂ ਹਿੰਦੀ ਆ ਰਹੀ ਹਨ ਉਹ ਅਲੱਗ ਅਲੱਗ, ਪਰ ਪੰਜਾਬੀ ਦਾ ਤੇ ਪਹਿਲੇ ਇਹ ਕਰ ਲਈਏ ਫਿਰ ਦੇਖਦੇ ਹਾਂ। ਤੇ ਹੁਣ ਜੇ ਆਪਾਂ ਗੱਲ ਕਰੀਏ ਕਿੱਟੀ ਪਾਰਟੀ ਦੀ, ਤੁਸੀਂ ਫੋਰ ਲੇਡੀਜ਼ ਦਾ ਗੈਂਗ ਹੈ, ਹਾਂਜੀ ਜੀ, ਉਪਾਸਨਾ ਸਿੰਘ ਜੀ, ਨੀਤਾ ਦੇਵਗਨ ਜੀ ਤੁਸੀਂ ਅਤੇ ਮੈਮ, ਅਤੇ ਸਾਨੂੰ ਇਹ ਦੱਸੋ ਕਿ ਤੁਹਾਡੀ ਸਭ ਤੋਂ ਜ਼ਿਆਦਾ ਕਿਹਦੇ ਨਾਲ ਬਣਦੀ ਹੈ ਇਹਨਾਂ 'ਚੋਂ? ਚਾਰਾਂ ਨਾਲ, ਪੰਜਾਂ ਨਾਲ, ਉਹ ਵੀ ਹੈ ਮੈਡਮ, ਅਤੇ ਇਹ ਨਹੀਂ ਅਸੀਂ ਸਾਰੇ ਇੱਕੋ ਜਿਹੇ ਹਾਂ ਅਤੇ ਉਪਾਸਨਾ ਨਾਲ, ਕਿਉਂਕਿ ਉਪਾਸਨਾ ਦੇ ਨਾਲ ਮੈਂ ਕੰਮ ਕੀਤਾ ਹੋਇਆ ਹੈ, ਉਹ ਉੱਤੇ ਦੇ ਹੈ, ਮਿਲਦੇ ਰਹਿੰਦੇ ਅਤੇ ਇੱਕ ਕੰਫਰਟ ਲੈਵਲ ਸੀ, ਪਰ ਇੱਧਰ ਆ ਕੇ ਮੈਨੂੰ ਇੱਕ ਦਿਨ ਵੀ ਨਹੀਂ ਲੱਗਿਆ ਕਿ ਆਈ ਐਮ ਕਿ ਬਈ ਕੋਈ ਥੋੜ੍ਹਾ ਜਿਹਾ ਔਕਵਰਡ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਠੀਕ ਹੈ, ਅਤੇ ਹੁਣ ਤੁਹਾਡਾ ਆਖਰੀ ਸਵਾਲ ਹੈ, ਜੇ ਆਪਾਂ ਗੱਲ ਕਰੀਏ ਪੰਜਾਬੀ ਇੰਡਸਟਰੀ, ਤੁਸੀਂ ਫੋਲੋ ਅਪ ਕਰਦੇ ਹੋ ਪੰਜਾਬੀ ਇੰਡਸਟਰੀ ਨੂੰ, ਕਿਹੜੀ ਨਈ ਫਿਲਮਾਂ ਆ ਰਹੀਆਂ ਸੀ, ਕਿਹੜੀਆਂ ਨਹੀਂ? ਬਹੁਤ ਜ਼ਿਆਦਾ ਨਹੀਂ, ਸੋਰੀ ਟਾਈਮ ਨਹੀਂ ਮਿਲਦਾ, ਹੋਰ ਕੋਈ ਗੱਲ ਨਹੀਂ ਹੈ, ਜੇ ਬੰਦਾ ਫੋਲੋ ਕਰਨਾ ਵੀ ਚਾਹੇ ਨਾ, ਤੇ ਅਸੀਂ ਬੰਬੇ ਵਿੱਚ ਇੰਨੀ ਫਾਸਟ ਪੇਸਡ ਲਾਈਫ ਹੈ, ਘਰ ਤੋਂ ਸ਼ੂਟ, ਸ਼ੂਟ ਤੋਂ ਘਰ, ਉਹਦੇ ਵਿੱਚ ਅਸੀਂ ਸਾਰਾ ਕੁਝ ਉੱਥੇ ਫੋਨ ਤੇ ਮੈਨੇਜ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਕਿ ਚਾਹ ਕੇ ਵੀ ਨਾ ਨਹੀਂ ਫੋਲੋ ਅਪ ਕਰ ਸਕਦੇ। ਬਿਲਕੁਲ, ਮੇਰੇ ਬੱਚੇ ਫੋਲੋ ਕਰਦੇ ਹਨ ਪਰ ਮੈਂ ਨਹੀਂ ਕਰ ਪਾਉਂਦੀ। ਤੇ ਥੋੜੇ ਬਹੁਤ ਸਾਨੂੰ ਦੱਸ ਦਿਓ ਕਿਹੜੇ ਤੁਸੀਂ, ਤੁਹਾਨੂੰ ਹੀਰੋ ਸਭ ਤੋਂ ਜ਼ਿਆਦਾ ਪਸੰਦ ਹੈ ਇਸ ਟਾਈਮ ਇੰਡਸਟਰੀ 'ਚ, ਹੀਰੋ ਤੇ ਹੀਰੋਇਨ? ਹਾਂ, ਮੈਂ ਐਕਚੁਅਲੀ ਸਰਗੁਣ ਨੂੰ ਜਾਣਦੀ ਹਾਂ ਅਤੇ ਮੈਂ, ਹਾਂ, ਅਤੇ ਉਹਨਾਂ ਦੀ ਕਿਸਮਤ ਆਈ ਹੈ, ਉਹਨਾਂ ਕਰਕੇ ਮੈਂ ਐਮੀ ਵਿਰਕ ਦਾ ਕੰਮ ਦੇਖਣਾ ਸ਼ੁਰੂ ਕੀਤਾ। ਹਾਂ, ਵਿਚਕਾਰ ਜਦ ਮੈਂ ਮਨ ਮਰਜ਼ੀਆਂ ਕਰਨ ਆਈ ਸੀ ਇੱਧਰ, ਅਤੇ ਮੈਂ ਲੌਂਗ ਲਾਚੀ, ਲਾਵਾ ਫੇਰੇ, ਹਾਂ, ਨੀਰੂ ਆਲਸੋ ਆਈ ਨੋ ਫਰੋਮ ਮੁੰਬਈ, ਅਤੇ ਉਹਨਾਂ ਦਾ ਕੰਮ ਥੋੜ੍ਹਾ ਬਹੁਤ ਦੇਖਿਆ, ਨਾਲ ਯੂ ਫੋਲੋ ਇੰਸਟਾ ਉਹਨਾਂ ਦਾ ਕੰਮ, ਅਤੇ ਆਈ ਐਮ ਅ ਬਿਗ ਫੈਨ ਆਫ ਕੁੱਗੀ ਜੀ, ਸੋ ਆਈ ਫੋਲੋ ਹਿਜ਼ ਵਰਕ।
ਬਟ ਆਈ ਐਮ ਅ ਲਿਟਲ ਐਟ ਸੀ ਕਿ ਇੱਧਰ ਜਿਹੜਾ ਕੰਮ ਹੁੰਦਾ ਹੈ ਮੈਂ ਨਹੀਂ ਮੈਂ ਐਕਚੁਅਲੀ ਓਨੈਸਟਲੀ ਬਹੁਤ ਕੋਸ਼ਿਸ਼ ਵੀ ਨਹੀਂ ਕੀਤੀ ਕਿਉਂਕਿ ਮੇਰੇ ਵਾਸਤੇ ਇੱਕ ਨਵੀਂ ਦੁਨੀਆ ਸੀਗੀ ਹੁਣ ਨਾਓ ਦੈਟ ਆਈ ਐਮ ਅ ਪਾਰਟ ਆਫ ਦਿਸ ਹੁਣ ਮੈਂ ਫੋਲੋ ਕਰ ਰਹੀ ਹਾਂ ਹੁਣ ਮੈਨੂੰ ਅਨੀਤਾ ਜੀ ਫਿਲਮ ਦੇ ਕਲਿਪਸ ਵੀ ਭੇਜਦੇ ਹਨ ਅਤੇ ਮੈਂ ਵੀ ਪੂਰੀ ਕੋਸ਼ਿਸ਼ ਕਰਦੀ ਹਾਂ ਔਨਲਾਈਨ ਜਾ ਕੇ ਜਿੰਨਾ ਕੁਝ ਦੇਖ ਪਾਵਾਂ ਕੁਝ ਆਪਣੀ ਭਾਸ਼ਾ ਸੁਧਾਰਨ ਵਾਸਤੇ ਕੁਝ ਆਪਣੀ ਨੌਲੇਜ ਵਧਾਉਣ ਵਾਸਤੇ ਅਤੇ ਕੁਝ ਐਂਟਰਟੇਨਮੈਂਟ ਵਾਸਤੇ ਅਤੇ ਨੀਲੂ ਜੀ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਅਤੇ ਤੁਹਾਡਾ ਥੈਂਕ ਯੂ ਕਿ ਤੁਸੀਂ ਸਾਡੇ ਨਾਲ ਜੁੜੇ ਕਿੱਟੀ ਪਾਰਟੀ ਤਾਂ ਹੋਏ ਨਾ ਥੋੜ੍ਹੀ ਗੱਲਾਂ ਤਾਂ ਬਣਦੀਆਂ ਥੋੜ੍ਹੀ ਗੱਪਸ਼ਪ ਤਾਂ ਬਣਦੀ ਹੈ ਵੈਲਕਮ ਟੂ ਪੰਜਾਬੀ ਮੀਨੀਆ ਨੀਤਾ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਬਹੁਤ ਖੂਬਸੂਰਤ ਬਹੁਤ ਪਿਆਰਾ ਪਹਿਲੇ ਆਪਾਂ ਕਵਾਂਗੇ ਆਪ ਬਹੁਤ ਖੂਬਸੂਰਤ ਲੱਗ ਰਹੇ ਹੋ ਮੈਂ ਤਾਂ ਇਹਨਾਂ ਨੂੰ ਕੱਲ ਹੀ ਇਹ ਕਰ ਰਹੀ ਸੀ ਮੈਨੂੰ ਦੇ ਦਿਓ ਚੁੰਮਕੇ ਨਹੀਂ ਦੇ ਰਹੇ ਮੈਨੂੰ ਆਪਣੇ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ ਨਹੀਂ ਬਹੁਤ ਸ਼ੁਕਰੀਆ ਮੈਂ ਮੈਨੂੰ ਕੋਈ ਵੀ ਕਦੇ ਵੀ ਜ਼ਿੰਦਗੀ 'ਚ ਕਹਿੰਦਾ ਨਾ ਕਿ ਮੈਨੂੰ ਆਪਣੀ ਚੀਜ਼ ਅੱਛੀ ਲੱਗ ਰਹੀ ਤੁਹਾਡੀ ਤਾਂ ਮੈਂ ਅਕਸਰ ਦੇ ਦਿੰਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੁੰਦਾ ਜਿਹਨੂੰ ਅੱਛੀ ਲੱਗੀ ਮੈਂ ਪਾਈ ਤਾਂ ਜਿਹਨੂੰ ਅੱਛੀ ਲੱਗੀ ਉਹ ਵੀ ਲੈ ਲਵੇ ਬਟ ਪ੍ਰੋਬਲਮ ਇਹ ਹੈਗੀ ਕਿ ਮੈਂ ਸੱਟਦੇ ਹਾਂ ਅਤੇ ਇਹ ਸਾਰਾ ਸਮਾਨ ਫਿਲਮ ਵਾਲਿਆਂ ਦਾ ਅਤੇ ਕਿਸੇ ਦੀਆਂ ਚੀਜ਼ਾਂ ਨਹੀਂ ਮੈਂ ਦੇ ਸਕਦੀ ਅਤੇ ਅਨੀਤਾ ਜੀ ਇੰਨੀ ਗਰਮੀ 'ਚ ਤੁਸੀਂ ਸ਼ੂਟ ਕਰ ਰਹੇ ਹੋ ਮਤਲਬ ਕਿਵੇਂ ਮੈਨੇਜ ਕਰਦੇ ਹੋ ਇੰਨੀ ਗਰਮੀ 'ਚ ਸ਼ੂਟ ਕਦੇ ਤੁਸੀਂ ਸੋਚਿਆ ਜਿਹੜੇ ਕਿਸਾਨ ਖੇਤਾਂ 'ਚ ਕੰਮ ਕਰ ਰਹੇ ਜਿਹੜਾ ਜਿਹੜੇ ਮਜ਼ਦੂਰ ਇੰਨਾ ਕੰਮ ਕਰ ਰਹੇ ਧੁੱਪ ਦੇ ਵਿੱਚ ਉਹਨਾਂ ਵੀ ਧੁੱਪ ਲੱਗਦੀ ਹੈ ਨਾ ਅਸੀਂ ਤਾਂ ਬਹੁਤ ਸੌਖੇ ਹਾਂ ਜਦੋਂ ਕੰਮ ਨਹੀਂ ਹੁੰਦਾ ਏਸੀ ਦੇ ਵਿੱਚ ਬੈਠੇ ਹੋਏ ਹਾਂ ਵੈਨਿਟੀ ਦੇ ਵਿੱਚ ਇੰਨਾ ਖੂਬਸੂਰਤ ਮਾਹੌਲ ਹੈ ਔਰ ਅਦਾਕਾਰੀ ਮੇਰਾ ਪੈਸ਼ਨ ਹੈ ਮੈਂ ਇਹਨੂੰ ਕਦੀ ਕੰਮ ਨਹੀਂ ਮੰਨਿਆ ਇਹ ਮੇਰਾ ਸ਼ੌਂਕ ਆ ਸੋ ਆਪਣਾ ਫੇਵਰਟ ਜਿਹੜਾ ਕੰਮ ਹੈਗਾ ਉਹ ਹੀ ਕਰ ਰਹੀ ਹਾਂ ਅਤੇ ਅਨੀਤਾ ਜੀ ਜਿਵੇਂ ਹੁਣ ਆਪਾਂ ਗੱਲ ਕਰੀਏ ਅਸੀਂ ਔਨ ਲੋਕੇਸ਼ਨ ਸ਼ੂਟ ਲਾਏ ਅਤੇ ਇੱਥੇ ਚੱਲ ਰਿਹਾ ਸੀ ਇੱਕ ਵਿਆਹ ਦਾ ਸੀਨ ਜਿਵੇਂ ਆਪਾਂ ਦੇਖ ਸਕਦੇ ਹਾਂ ਕਿਹਦਾ ਵਿਆਹ ਚੱਲ ਰਿਹਾ ਅਤੇ ਤੁਸੀਂ ਕੀ ਲੱਗਦੇ ਹੋ ਕੁੜੀ ਦੇ ਜਾਂ ਮੁੰਡੇ ਦੇ ਕੀ ਲੱਗਦੇ ਹੋ ਤੁਸੀਂ ਅਸੀਂ ਅਜੇ ਵਿਆਹ 'ਚ ਐਂਟਰੀ ਹੋਏ ਹਾਂ ਸਾਨੂੰ ਕਾਰਡ ਹੀ ਆਏ ਅਜੇ ਇਹ ਨਹੀਂ ਪਤਾ ਲੱਗਾ ਵੀ ਵਿਆਹ ਕਿਹਦਾ ਵਾ ਸੋ ਅੰਦਰ ਐਂਟਰ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਇਹ ਸਰਪ੍ਰਾਈਜ਼ ਹੈਗਾ ਫਿਲਮ ਦੇ ਵਿੱਚ ਸਾਨੂੰ ਵੀ ਨਹੀਂ ਪਤਾ ਲੱਗਦਾ ਬਾਅਦ 'ਚ ਹੀ ਪਤਾ ਲੱਗਦਾ ਸੋ ਵਿਆਹ 'ਚ ਜਾਣਾ ਸੀ ਇਸ ਕਰਕੇ ਸੋਹਣੇ ਸੋਹਣੇ ਬਣ ਗਏ ਅਤੇ ਕਿੱਟੀ ਕਿੰਨੇ ਦੀ ਪਾਈ ਹੈ ਇਸ ਵਾਰ ਮੈਨੂੰ ਕਿੱਟੀਆਂ ਪਾਉਣੀਆਂ ਨਹੀਂ ਆਉਂਦੀਆਂ ਅਸਲ 'ਚ ਨਾ ਹੀ ਮੈਨੂੰ ਉਹਨਾਂ ਚੀਜ਼ਾਂ ਦੀ ਅੱਜ ਤੱਕ ਵੀ ਸਮਝ ਨਹੀਂ ਆਉਂਦੀ ਮਤਲਬ ਮੈਂ ਕਦੀ ਅੱਜ ਤੱਕ ਮੈਂ ਕਦੀ ਕਿਸੇ ਕਿੱਟੀ ਪਾਰਟੀ 'ਚ ਨਹੀਂ ਗਈ ਹੁਣ ਮੈਂ ਪਹਿਲੀ ਵਾਰੀ ਆਈ ਹਾਂ ਕਿੱਟੀ ਪਾਰਟੀ ਦੇ ਵਿੱਚ ਅਤੇ ਹੁਣ ਮੈਨੂੰ ਪਤਾ ਨਹੀਂ ਕਿ ਇੱਥੇ ਕਰਨਾ ਕੀ ਕੁਛ ਹੈ ਕਿਉਂਕਿ ਮੈਂ ਕਦੀ ਕੁਛ ਕੀਤਾ ਹੀ ਨਹੀਂ ਕਿੱਟੀਆਂ ਦੇ ਵਿੱਚ ਮੈਂ ਗਈ ਨਹੀਂ ਮੈਨੂੰ ਮਾਹੌਲ ਦਾ ਹੀ ਨਹੀਂ ਪਤਾ ਹੁੰਦਾ ਸੋ ਇਸ ਵਾਰੀ ਮੈਂ ਸਿੱਖਾਂਗੀ ਸਾਨੂੰ ਵੀ ਸਿਖਾਇਓ ਫਿਰ ਅਸੀਂ ਵੀ ਪਾਵਾਂਗੇ ਅਤੇ ਜੇ ਆਪਾਂ ਹੁਣ ਗੱਲ ਕਰੀਏ ਤੁਸੀਂ ਚਾਰ ਲੇਡੀਜ਼ ਹੋ ਜਿਹੜੇ ਕਿ ਪੂਰੀ ਕਿੱਟੀ ਚਲਾ ਰਹੇ ਹੋ ਅਤੇ ਤੁਹਾਡੀ ਸਭ ਤੋਂ ਜ਼ਿਆਦਾ ਕਿਹਦੇ ਨਾਲ ਬਣਦੀ ਹੈ ਨਾ ਚਾਰਾਂ ਵਿੱਚੋਂ ਤੁਹਾਡੇ ਚਾਰਾਂ 'ਚ ਸਭ ਤੋਂ ਜ਼ਿਆਦਾ ਕਿਹਦੇ ਨਾਲ ਬਣਦੀ ਹੈ ਤੁਹਾਡੀ ਬਾਕੀ ਕਿੰਨਾ 'ਚ ਹਿਸਾਬ ਹੈਗਾ ਆਲੂਆਂ ਵਰਗਾ ਜਿਹਦੇ ਨਾਲ ਵੀ ਮੈਨੂੰ ਲਾਓ ਮੈਂ ਉਹਦੇ ਉਹਦੇ 'ਚ ਹੀ ਮੈਂ ਡਿਲੀਸ਼ੀਅਸ ਕਰ ਦੇਣਾ ਉਹਦੇ ਟੇਸਟ ਨੂੰ ਸੋ ਮਤਲਬ ਮੈਨੂੰ ਸਾਰੇ ਜਣੇ ਬਹੁਤ ਪਿਆਰੇ ਲੱਗਦੇ ਔਰ ਉਪਾਸਨਾ ਜੀ ਦੇ ਤੋਂ ਮੈਂ ਬਹੁਤ ਜ਼ਿਆਦਾ ਫੈਨ ਹੈ ਆਲਰੇਡੀ ਔਰ ਨੀਲੂ ਜੀ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਏ ਨੇ ਅਤੇ ਉਹਨਾਂ ਨੂੰ ਹਮੇਸ਼ਾ ਸੀਰੀਅਲਸ ਦੇ ਵਿੱਚ ਦੇਖਿਆ ਔਰ ਮੇਰੇ ਬਹੁਤ ਪਸੰਦੀਦਾ ਕਲਾਕਾਰ ਨੇ ਉਹ ਵੀ ਅਤੇ ਪ੍ਰੀਤੋ ਜਿਹੜੀ ਸਾਡੀ ਕੁੜੀ ਹੈਗੀ ਆ ਉਹਨੂੰ ਮੈਂ ਵੈਸੇ ਹੀ ਬਹੁਤ ਲਾਈਕ ਕਰਦੀ ਹਾਂ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਏਜ ਗਰੁੱਪ ਦੇ ਵਿੱਚ ਕੋਈ ਇੰਨੀ ਮੈਚੋਰ ਆਰਟਿਸਟ ਸਾਡੇ ਦਰਮਿਆਨ ਆ ਅਤੇ ਮੈਨੂੰ ਬੜਾ ਵਧੀਆ ਲੱਗਦਾ ਔਰ ਮੈਂ ਪਹਿਲੀ ਵਾਰੀ ਉਹਦੇ ਨਾਲ ਸਕਰੀਨ ਸ਼ੇਅਰ ਕਰ ਰਹੀ ਹਾਂ ਅਤੇ ਸਤਵੰਤ ਜੀ ਤਾਂ ਵੈਸੇ ਹੀ ਇੰਨਾ ਕੰਮ ਕਰ ਚੁੱਕੇ ਨੇ ਇੰਨੇ ਕਿਊਟ ਨੇ ਅਤੇ ਮਨੀ ਦੇ ਨਾਲ ਮੈਂ ਪਹਿਲੀ ਵਾਰੀ ਕੰਮ ਕਰ ਰਹੀ ਹਾਂ ਪਰ ਅੱਛਾ ਲੱਗਾ ਉਹਨਾਂ ਦੇ ਨਾਲ ਵੀ ਕੰਮ ਕਰਕੇ ਸੋ ਸਾਰੇ ਹੀ ਮੇਰੇ ਬਹੁਤ ਪਿਆਰੇ ਨੇ ਔਰ ਸਾਰੇ ਜਣੇ ਮੈਨੂੰ ਬਹੁਤ ਪਿਆਰ ਕਰਦੇ ਨੇ ਇਸ ਕਰਕੇ ਉਹ ਮੈਨੂੰ ਵੀ ਸਾਰੇ ਬਹੁਤ ਅੱਛੇ ਲੱਗਦੇ ਨੇ ਨਹੀਂ ਤੁਹਾਨੂੰ ਸਾਰੇ ਇੱਥੇ ਹੀ ਨਹੀਂ ਬਾਹਰ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਜੇ ਗੱਲ ਕਰੀਏ ਨਾ ਤੁਸੀਂ ਕਹਿ ਰਹੇ ਸੀ ਮੈਚੋਰ ਐਕਟਰ ਤੁਹਾਡੇ ਐਕਟਿੰਗ ਸਾਹ ਤੁਹਾਡੇ ਡਾਇਲੋਗ ਡਿਲੀਵਰੀ ਨੂੰ ਇੰਨਾ ਜ਼ਿਆਦਾ ਆਡੀਅੰਸ ਪਸੰਦ ਕਰਦੀ ਹੈ ਨਾ ਆਡੀਅੰਸ ਮੈਨੂੰ ਤੁਹਾਨੂੰ ਦੇਖ ਕੇ ਬਹੁਤ ਹੀ ਪਸੰਦ ਤੁਹਾਡੀ ਡਾਇਲੋਗ ਡਿਲੀਵਰੀ ਬਹੁਤ ਪਸੰਦ ਕਰਦੀ ਹੈ ਤੁਹਾਡੇ ਨਾ ਬੋਲਣ ਦਾ ਸਟਾਈਲ ਬਹੁਤ ਵਧੀਆ ਤੁਹਾਡਾ ਮਤਲਬ ਪਹਿਲੇ ਤਾਂ ਉਹੀ ਸਟਾਈਲ ਹੈ ਬੋਲਣ ਦਾ ਕਿ ਤੁਸੀਂ ਸਿਰਫ ਸਕਰੀਨ ਲਈ ਲੈ ਕੇ ਆਉਂਦੇ ਕਿ ਤੁਹਾਡੇ ਪੰਜਾਬੀ ਬੋਲਣ ਦਾ ਸਟਾਈਲ ਹੀ ਉਹ ਹੈ ਨਹੀਂ ਜਿਹੜਾ ਤੁਸੀਂ ਮਤਲਬ ਬਿਲਕੁਲ ਮਟਕਾ ਮਟਕੂ ਕੇ ਆਪਣੇ ਆਪ ਨੂੰ ਨਹੀਂ ਦੇਖੋ ਹੁਣ ਮੈਂ ਇੱਥੇ ਬੈਠੀ ਹੋਈ ਹਾਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤਾਂ ਇਹ ਇੱਕ ਹੋਰ ਅਨੀਤਾ ਦੇਵਗਨ ਹੈ ਜਦੋਂ ਮੈਂ ਉੱਥੇ ਫਿਲਮ ਦੇ ਲਈ ਕੈਮਰੇ ਦੇ ਅੱਗੇ ਹੁੰਦੀ ਉਦੋਂ ਕਰੈਕਟਰ ਹੁੰਦਾ ਮੈਂ ਨਹੀਂ ਹੁੰਦੀ ਠੀਕ ਸੋ ਉਹ ਜਿਸ ਤਰ੍ਹਾਂ ਫਿਰ ਉਹ ਨਚਾਉਂਦਾ ਤੇ ਜਿਹੜਾ ਹੁਣ ਆਪਾਂ ਦੇਖ ਸਕਦੇ ਹਾਂ ਕਿ ਤੁਸੀਂ ਬੜੇ ਨਾ ਕਾਮ ਜੇ ਹੋ ਹੈ ਨਾ ਤੇ ਤੁਸੀਂ ਉਹਨੂੰ ਔਨ ਸਕਰੀਨ ਜਦੋਂ ਆਪਾਂ ਦੇਖਦੇ ਹਾਂ ਤੁਸੀਂ ਬੜੇ ਨਾ ਬਬਲੀ ਜੇ ਜੋਸ਼ ਵਾਲੇ ਹੁੰਦੇ ਹੋ ਤੇ ਉਹ ਜੋਸ਼ ਮਤਲਬ ਉਹ ਬਬਲੀ ਨੇ ਸੀ ਤੁਸੀਂ ਬਹੁਤ ਕਾਮ ਹੋ ਹੈ ਨਾ ਰਿਐਲਿਟੀ 'ਚ ਆਪਾਂ ਇਹ ਕਹਿ ਸਕਦੇ ਮੈਂ ਬਹੁਤ ਕਾਮ ਆ ਔਰ ਮੈਂ ਜਦੋਂ ਕਿਸੇ ਵੀ ਡਾਇਰੈਕਟਰ ਦੇ ਨਾਲ ਪਹਿਲੀ ਵਾਰੀ ਕੰਮ ਕਰਦੀ ਹਾਂ ਮੈਂ ਕਿਸੇ ਪ੍ਰੋਡਿਊਸਰ ਦੇ ਕਿਸੇ ਵੀ ਪ੍ਰੋਡਕਸ਼ਨ ਹਾਊਸ ਪਹਿਲੀ ਵਾਰੀ ਕੰਮ ਕਰਦੀ ਜਿਵੇਂ ਇਹਨਾਂ ਦੇ ਨਾਲ ਹੀ ਨਵ ਬਾਜਵਾ ਹੁਣ ਦੇ ਨਾਲ ਹੀ ਪਹਿਲੀ ਵਾਰੀ ਕੰਮ ਕੀਤਾ ਅਤੇ ਦੋ ਤਿੰਨ ਦਿਨ ਤੋਂ ਬੜੇ ਨਾ ਡਿਸਟਰਬ ਜੇ ਰਹੇ ਮੇਰੇ ਕੋਲ ਵੀ ਨਹੀਂ ਸੀ ਆ ਰਹੇ ਥੋੜ੍ਹਾ ਡਰਦੇ ਸੀ ਮੇਰੇ ਕੋਲੋਂ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਚੁੱਪ ਕਰਕੇ ਬੈਠੀ ਹਾਂ ਕਿ ਉਹਨਾਂ ਨੇ ਕੋਈ ਗਲਤੀ ਤਾਂ ਨਹੀਂ ਕਰਤੀ ਜਾਂ ਕੁਛ ਗਲਤ ਬਿਹੇਵ ਨਹੀਂ ਹੋਇਆ ਸੈੱਟ 'ਤੇ ਕਿਸੇ ਨੇ ਕੋਈ ਮਤਲਬ ਮਿਸਅੰਡਰਸਟੈਂਡਿੰਗ ਨਹੀਂ ਕੋਈ ਕਿ ਮੈਮ ਇੰਨਾ ਚੁੱਪ
ਠੀਕ ਹੈ ਸਾਰਾ ਕੁਛ ਸਾਨੂੰ ਪਹਿਲਾਂ ਡਰ ਲੱਗ ਗਿਆ ਸੀ ਮੈਮ ਇਹਨੇ ਕਿਉਂ ਚੁੱਪ ਬੈਠੇ ਪਰ ਆਪਾਂ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਮੈਮ ਹੈ ਹੀ ਬੜੇ ਕਾਮ ਜਿਹੇ ਅਤੇ ਕਿਊਟ ਜੇ ਹੁਣ ਤੁਹਾਡਾ ਸਵਾਲ ਇਹ ਹੈ ਕਿ ਨਵ ਬਾਜਵਾ ਤੁਹਾਡਾ ਇਹ ਸਬਬ ਕਿਵੇਂ ਬਣਿਆ ਕਿਵੇਂ ਤੁਸੀਂ ਮਿਲੇ ਕਿਵੇਂ ਮੂਵੀ ਦੇ ਬਾਰੇ ਗੱਲ ਕੀਤੀ ਮੈਮ ਨੂੰ ਜਦੋਂ ਮੈਂ ਪਹਿਲੀ ਵਾਰੀ ਮਿਲੇ ਅਸੀਂ ਲੜੇ ਸੀ ਇੱਕ ਦੂਸਰੇ ਨਾਲ ਲੜ ਕੇ ਗੁੱਸੇ ਹੋ ਗਏ ਜਾਂਦੇ ਲੜੇ ਤਾਂ ਨਹੀਂ ਗੁੱਸੇ ਸੀ ਨਾਰਾਜ਼ ਸੀ ਮੈਂ ਅਤੇ ਕਿਸੇ ਗੱਲ ਨੂੰ ਲੈ ਕੇ ਅਤੇ ਆਪਸੀ ਸਾਡੀ ਪ੍ਰੋਫੈਸ਼ਨਲੀ ਬਾਅਦ ਦੇ ਵਿੱਚ ਨਵ ਨੇ ਫਿਲਮ ਕੀਤੀ ਅਤੇ ਨਵ ਨੇ ਮੈਨੂੰ ਇਨਵਾਈਟ ਕੀਤਾ ਇਸ ਫਿਲਮ ਦੇ ਲਈ ਕਿਉਂਕਿ ਉਹਨਾਂ ਨੇ ਕਰੈਕਟਰ ਲਿਖਿਆ ਸੀ ਮੇਰੇ ਲਈ ਤਾਂ ਪਰ ਮੇਰੇ ਕੋਲ ਡੇਟਸ ਨਹੀਂ ਸੀ ਹੈਗੀਆਂ ਫਿਰ 15 ਦਿਨਾਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਆਇਆ ਕਿ ਮੈਮ ਅਸੀਂ ਚਾਹੁੰਦੇ ਹਾਂ ਅਸੀਂ ਡੇਟਸ ਥੋੜ੍ਹੀਆਂ ਅੱਗੇ ਪਿੱਛੇ ਕੀਤੀਆਂ ਹੁਣ ਸਾਡੀਆਂ ਡੇਟਸ ਚੇਂਜ ਹੋਈਆਂ ਤੁਸੀਂ ਕਰੋ ਫਿਲਮ ਫਿਰ ਮੈਂ ਕਿਉਂਕਿ ਜਿੰਨਾ ਜ਼ਿਆਦਾ ਉਹਨੇ ਸ਼ਿੱਦਤ ਦਿਖਾਈ ਇਸ ਫਿਲਮ 'ਚ ਮੈਂ ਹੋਵਾਂ ਜਿੰਨਾ ਮੋਹ ਸੀ ਉਹਦੇ ਅੰਦਰ ਤਾਂ ਮੈਨੂੰ ਲੱਗਾ ਕਿ ਇੰਨਾ ਜੇ ਕੋਈ ਮਾਣ ਸਤਿਕਾਰ ਦਿੰਦਾ ਤਾਂ ਕਰਨਾ ਚਾਹੀਦਾ ਜ਼ਰੂਰ ਅਤੇ ਜੀ ਹੁਣ ਆਪਾਂ ਗੱਲ ਕਰੀਏ ਕਿੱਟੀ ਪਾਰਟੀ ਦੀ ਆਪਾਂ ਤੁਹਾਡੇ ਨਾਲ ਖਫਾ ਤਾਂ ਤੁਸੀਂ ਪਕੌੜੇ ਖਿਲਾਏ ਨਾ ਕੁਛ ਖਿਲਾਇਆ ਨਾ ਉਹਨਾਂ ਨੇ ਖਿਲਾਇਆ ਸਾਨੂੰ ਕੋਈ ਪੁੱਛ ਹੀ ਨਹੀਂ ਰਿਹਾ ਨਾ ਪਕੌੜੇ ਕਿੱਟੀ ਪਾਰਟੀ 'ਤੇ ਆਪਾਂ ਆਏ ਹਾਂ ਵਿਆਹ ਦਾ ਮਾਹੌਲ ਸੀ ਸਾਨੂੰ ਕੁਛ ਪੁੱਛਿਆ ਹੀ ਨਹੀਂ ਕਿਸੇ ਨੇ ਆਪਾਂ ਬੜੇ ਖਫਾ ਹੋਏ ਹਾਂ ਤੁਹਾਡੇ ਨਾਲ ਨਹੀਂ ਅਸੀਂ ਚਾਹੁੰਦੇ ਹਾਂ ਕਿ ਤੇਰੀ ਜਿਹੜੀ ਜ਼ੀਰੋ ਫਿਗਰ ਹੈ ਨਾ ਉਹ ਪੂਰਾ ਮੇਨਟੇਨ ਰਹੇ ਅਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਕ੍ਰੈਡਿਟ ਸਾਡੇ ਹਿੱਸੇ ਹੋਵੇ ਕਿ ਤੈਨੂੰ ਅਸੀਂ ਅਨੀਤਾ ਦੇਵਗਨ ਬਣਾ ਦਿੱਤਾ ਪਰ ਅਨੀਤਾ ਦੇਵਗਨ ਬੰਦਾ ਕਿਹੜੀ ਸੌਖੀ ਗੱਲ ਅਨੀਤਾ ਦੇਵਗਨ ਇਸ ਟਾਈਮ 'ਤੇ ਇੰਨਾ ਜ਼ਿਆਦਾ ਲੋਕਾਂ ਦੇ ਦਿਲ 'ਚ ਆਈ ਹੋਈ ਆਪਾਂ ਕਿੱਥੇ ਜਾ ਰਹੇ ਹਾਂ ਤੁਸੀਂ ਤਾਂ ਅਨੀਤਾ ਦੇਵਗਨ ਬਣਨਾ ਚਾਹੀਦਾ ਇਸ ਨੂੰ ਤਾਂ ਜਨਤਾ ਪਿਆਰ ਕਰਦੀ ਹੈ ਇਸ ਅਨੀਤਾ ਦੇਵਗਨ ਤਾਂ ਜਨਤਾ ਪਿਆਰ ਕਰਦੀ ਹੈ ਖਵਾ ਪਿਆ ਕੇ ਭੇਜਾਂਗੇ ਡੋਂਟ ਵਰੀ ਇੰਝ ਹੋ ਸਕਦਾ ਤੁਸੀਂ ਆਏ ਹੋਵੋ ਤੁਸੀਂ ਬਿਨਾਂ ਕੁਛ ਖਵਾਇਆ ਤੁਹਾਨੂੰ ਭੇਜ ਦਈਏ ਬਹੁਤ ਕੁਛ ਆ ਬਹੁਤ ਕੁਛ ਜੀ ਹਾਂਜੀ ਬਹੁਤ ਕੁਛ ਹੈ ਪਰ ਬਹੁਤ ਕੁਛ ਤੁਹਾਨੂੰ ਪਤਾ ਲੱਗੂਗਾ ਮੂਵੀ ਥੀਏਟਰ ਜਦੋਂ ਮੂਵੀ ਆਊਗੀ ਕਿੱਟੀ ਪਾਰਟੀ ਥੈਂਕ ਯੂ ਸਾਡੇ ਨਾਲ ਜੁੜਨ ਲਈ ਮੈਮ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਔਰ ਮੈਂ ਬਹੁਤ ਖੁਸ਼ ਹਾਂ ਬਹੁਤ ਟੈਲੈਂਟਡ ਹੈ ਨਵ ਬਾਜਵਾ ਐਜ਼ ਅ ਡਾਇਰੈਕਟਰ ਮੈਂ ਪਹਿਲੀ ਵਾਰੀ ਉਹਨਾਂ ਦੇ ਨਾਲ ਕੰਮ ਕੀਤਾ ਮੈਂ ਮਿਲੀ ਉਹਨਾਂ ਨੂੰ ਔਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਔਰ ਜਿਸ ਤਰ੍ਹਾਂ ਦੀ ਉਹ ਟ੍ਰੀਟਮੈਂਟ ਆਰਟਿਸਟਾਂ ਨੂੰ ਦੇ ਰਿਹਾ ਜਿਸ ਤਰ੍ਹਾਂ ਦੀ ਟ੍ਰੀਟਮੈਂਟ ਫਿਲਮ ਦੇ ਨਾਲ ਹੈ ਮੈਂ ਦੁਆ ਕਰਦੀ ਹਾਂ ਕਿ ਫਿਲਮ ਸਫਲ ਹੋਵੇ ਵਧੀਆ ਸਾਬਤ ਹੋਵੇ ਸਾਡੀ ਇੰਡਸਟਰੀ 'ਚ ਔਰ ਹੋਰ ਅੱਛਾ ਕੰਮ ਕਰਨ ਬਹੁਤ ਸਾਰੀਆਂ ਅਸੀਸਾਂ ਬਹੁਤ ਸਾਰੀਆਂ ਬਲੈਸਿੰਗ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਔਰ ਤੁਹਾਡੇ ਲਈ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਸੋ ਮਚ ਸੀਨ ਚੱਲ ਰਿਹਾ ਜੀ ਵਿਆਹ ਦਾ ਅਤੇ ਮੇਰੇ ਨਾਲ ਖੜੀ ਹੈ ਬੜੇ ਸੋਹਣੇ ਜੇ ਪ੍ਰੀਤੋ ਜੀ ਕੀ ਹਾਲ ਚਾਲ ਨੇ ਜੀ ਮੈਂ ਬਿਲਕੁਲ ਵਧੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਖੈਰ ਮਕਦਮ ਅਤੇ ਇਸਤਕਬਾਲ ਔਰ ਇਸ ਪਿਆਰੀ ਜੀ ਕਿਊਟ ਜਿਹੀ ਤੁਹਾਡੀ ਆਪਣੀ ਐਂਕਰ ਨੂੰ ਵੀ ਬਹੁਤ ਜ਼ਿਆਦਾ ਥੈਂਕ ਯੂ ਜੀ ਬਹੁਤ ਸੋਹਣੇ ਲੱਗ ਰਹੇ ਹੋ ਬਹੁਤ ਫੱਬ ਰਹੇ ਹੋ ਅੱਜ ਗਰਮੀ ਗਰਮੀ ਲੱਗ ਰਹੀ ਦੇਖੋ ਜਦੋਂ ਐਕਟਿੰਗ ਦਾ ਖੁਮਾਰੀ ਚੜੀ ਹੁੰਦੀ ਹੈ ਨਾ ਜਦੋਂ ਸਾਡੇ ਜ਼ੇਹਨ ਦੇ ਵਿੱਚ ਇਹ ਚੱਲ ਰਿਹਾ ਹੁੰਦਾ ਕਿ ਐਕਟ ਕਰਨਾ ਅਤੇ ਉਦੋਂ ਆਪਾਂ ਗਰਮੀ ਸਰਦੀ ਸਾਨੂੰ ਕੁਛ ਨਹੀਂ ਲੱਗਦਾ ਕਲਾਕਾਰਾਂ ਦੀ ਇਹੀ ਖਾਸੀਅਤ ਹੁੰਦੀ ਹੈ ਕਿ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਰਨੀਆਂ ਪੈਂਦੀਆਂ ਉਹ ਅਸੀਂ ਇੰਜੋਏ ਕਰਦੇ ਹਾਂ ਅਸੀਂ ਗਰਮੀ ਨੂੰ ਵੀ ਇੰਜੋਏ ਕਰ ਰਹੇ ਹਾਂ ਕਿੰਨੀ ਦੀ ਕਿੱਟੀ ਪਾਈ ਹੈ ਮੈਨੂੰ ਦੱਸੋ ਅੱਛਾ ਅੱਛਾ ਦੱਸਿਓ ਪਹਿਲਾਂ ਕੰਚ ਤੱਕ ਪਾਈ ਮੈਂ ਦੱਸੂੰਗੀ ਕਿੱਟੀ ਦੇ ਬਾਰੇ ਮੈਂ ਹੁਣ ਪੋਲ ਖੋਲਤੀ ਨਾ ਕਿ ਕਿੰਨੇ ਦੀ ਕਿੱਟੀ ਪਾਈ ਹੈ ਫਿਰ ਤੁਸੀਂ ਕਿੱਟੀ ਪਾਰਟੀ ਵੇਖਣ ਨਹੀਂ ਜਾਣਾ ਮੈਂ ਤੁਹਾਨੂੰ ਪਾਰਟੀ ਪੂਰੀ ਵਿਖਾਉਂਗੀ ਨਾਲ ਬਿਠਾ ਕੇ ਵਿਖਾਉਂਗੀ ਕੀ ਵਿਖਾਈ ਕੁਛ ਖਿਲਾਇਆ ਤਾਂ ਹੈ ਨਹੀਂ ਸਾਨੂੰ ਖਵਾਇਆ ਨਹੀਂ ਇੰਨਾ ਵੱਡਾ ਬੁਫੇ ਲਵਾਇਆ ਬੁਫੇ 'ਚ ਦੱਸਾਂ ਮੈਂ ਰਹਿਣ ਦੋ ਰਾਜ਼ ਖੋਲਣਾ ਮੈਂ ਰਹਿ ਦਿੰਦੀ ਹਾਂ ਜੀ ਖੈਰ ਕਿੱਟੀ ਪਾਰਟੀ ਜਿਹੜੀ ਹੈ ਇੱਕ ਬਹੁਤ ਅਨੋਖੀ ਫਿਲਮ ਬਣ ਰਹੀ ਹੈ ਨਵ ਬਾਜਵਾ ਜਿਹੜੇ ਨੇ ਇਸਦੇ ਡਾਇਰੈਕਟਰ ਵੀ ਨੇ ਫਿਲਮ ਦੇ ਔਰ ਨਾਲ ਹੀ ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਨੇ ਬਹੁਤ ਡਿਫਰੈਂਟ ਜਿਹਾ ਇਨੀਸ਼ੀਏਟਿਵ ਜਿਹੜਾ ਹੈ ਉਹ ਲਿੱਤਾ ਕਿ ਇਸ ਫਿਲਮ ਦੇ ਅੰਦਰ ਜਿਹੜੀਆਂ ਫੀਮੇਲਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ ਇੰਪੋਰਟੈਂਸ ਦਿੱਤੀ ਗਈ ਹੈ ਅਦਰਵਾਈਜ਼ ਮੇਲ ਓਰੀਐਂਟਡ ਮੂਵੀਜ਼ ਤਾਂ ਬਹੁਤ ਜ਼ਿਆਦਾ ਬਣ ਰਹੀਆਂ ਨੇ ਬਟ ਇਹ ਪੰਜਾਬ ਦੀ ਪਹਿਲੀ ਇਹੋ ਜਿਹੀ ਮੂਵੀ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਫੀਮੇਲਸ ਨੇ ਔਰ ਉਹਨਾਂ ਫੀਮੇਲਸ ਦੇ ਉੱਤੇ ਹੀ ਬੇਸਡ ਇਹ ਫਿਲਮ ਹੈ ਸੋ ਕਿੱਟੀ ਪਾਰਟੀ ਕਾਨਸੈਪਟ ਜਿਹੜਾ ਉਹ ਸੁਣਦੇ ਸਾਰੀ ਪਤਾ ਲੱਗ ਜਾਂਦਾ ਕਿ ਫੀਮੇਲਸ ਨੇ ਕੁਛ ਤਾਂ ਕੀਤਾ ਹੈ ਕਿੰਨੀ ਕਿੰਨੀ ਕੈਟ ਫਾਈਟਸ ਹੋਈਆਂ ਕਿੱਟੀ ਪਾਰਟੀ 'ਚ ਤਾਂ ਜਾਨੀਆਂ ਦੀ ਰੰਜਿਸ਼ ਹੀ ਬੜੀ ਹੁੰਦੀ ਹੈ ਸਾਡੀ ਵਾਲੀ ਕੈਟ ਫਾਈਟ ਨਹੀਂ ਸਾਡੀ ਵਾਲੀ ਕਿਊਟ ਫਾਈਟ ਹੈ ਫਿਰ ਤਾਂ ਜ਼ਰੂਰ ਸੀਨ ਚੱਲ ਕੇ ਰਿਹਾ ਬੇਸਿਕਲੀ ਸਾਨੂੰ ਰਾਈਟ ਨਾਓ ਅਤੇ ਇਹ ਜਿਹੜਾ ਵਿਆਹ ਦਾ ਗਾਣਾ ਹੀ ਚੱਲਦਾ ਪਿਆ ਠੀਕ ਹੈ ਤੁਸੀਂ ਕੀ ਲੱਗਦੇ ਹੋ ਮੈਂ ਮੁੰਡੇ ਦੀ ਸਹੇਲੀ ਹਾਂ ਅਤੇ ਮੈਂ ਥਾਈਲੈਂਡ ਦੇ ਵਿੱਚ ਮੁੰਡੇ ਦੀ ਸਹੇਲੀ ਹਾਂ ਮੈਂ ਹਲੇ ਤੁਹਾਨੂੰ ਆਪਣਾ ਨਾਮ ਤੱਕ ਨਹੀਂ ਰਿਵੀਲ ਕਰ ਸਕਦੀ ਕਿਉਂਕਿ ਨਾਮ ਬਹੁਤ ਜ਼ਿਆਦਾ ਕੈਚੀ ਬਹੁਤ ਥਾਈਲੈਂਡ ਦੀ ਸਾਡੀ ਹੌਟ ਚਿਕ ਅੱਜ ਨਾ ਇੰਡੀਅਨ ਚ ਬਹੁਤ ਸੋਹਣੀ ਲੱਗ ਰਹੀ ਔਰ ਪਹਿਲਾ ਇੰਡੀਅਨ ਪਾਇਆ ਅੱਜ ਮੈਂ ਪੂਰੀ ਫਿਲਮ ਦੇ ਵਿੱਚ ਇੰਡੀਅਨ ਨਹੀਂ ਪਾਇਆ ਤੁਸੀਂ ਪਿਕਚਰ ਦੇਖ ਲਈ ਇਹਨੇ ਇੰਡੀਅਨ ਨਹੀਂ ਪਾਇਆ ਨਹੀਂ ਪਾਇਆ ਹੌਟ ਐਂਡ ਸੈਂਚੁਅਸ ਸਾਡੀ ਪ੍ਰੀਤੋ ਸਾਨੂੰ ਦਿਖੂਗੀ ਇਹ ਮੇਰੇ ਲਈ ਬਹੁਤ ਡਿਫਰੈਂਟ ਫਿਲਮ ਹੈ ਕਿਉਂਕਿ ਮੇਰਾ ਲੁੱਕ ਤੁਸੀਂ ਦੇਖ ਰਹੇ ਹੋ ਲੁੱਕ ਬਹੁਤ ਡਿਫਰੈਂਟ ਹੈ ਇਹਦੇ ਵਿੱਚ ਇਹ ਫਸਟ ਫਿਲਮ ਹੈ ਅਦਰਵਾਈਜ਼ ਮੈਂ ਜਿਵੇਂ ਰਹਿੰਦੀ ਹਾਂ ਇਹ ਮੈਂ ਉੱਦਾਂ ਦੀ ਹਾਂ ਅਤੇ ਇਹ ਮੇਰਾ ਜੋ ਰੀਅਲ ਲੁੱਕ ਹੈ ਉਹ ਪਹਿਲੀ ਵਾਰ ਕਿਸੇ ਦੇ ਸਾਹਮਣੇ ਆਏਗਾ ਬੜਾ ਹੌਟ ਐਂਡ ਬੋਲਡ ਜਿਹਾ ਹੋਏਗਾ ਮੈਂ ਕਹਿਦਾ ਪਹਿਲੇ ਕਮੈਂਟ ਕਰਨਾ ਸ਼ੁਰੂ ਹੋ ਗਿਆ ਰਹਿਣ ਦਿਓ ਬਸ ਵੇਟ ਹੀ ਕਰਾਉਂਦੇ ਹਾਂ ਠੀਕ ਹੈ ਯੈਸ ਯੈਸ ਹੁਣ ਤੁਹਾਨੂੰ ਆਪਾਂ ਮਿਲਦੇ ਹਾਂ ਮੂਵੀ ਦੇ ਕਿਆ ਬੁਰਾ ਕੀ ਆਪਕਾ ਦੱਸੀ ਇਹਨਾਂ ਨੂੰ
ਠੀਕ ਹੈ ਪਹਿਲੀ ਗੱਲ ਤਾਂ ਤੁਸੀਂ ਕਿੱਟੀ ਪਾਰਟੀ ਮੂਵੀ ਲੈ ਕੇ ਆ ਰਹੇ ਹੋ ਹੈ ਕੁੜੀਆਂ ਦਾ ਤੁਸੀਂ ਗਰਲ ਕੋਡ ਤੋੜ ਰਹੇ ਹੋ ਕੀ ਗੱਲ ਇਹ ਕੁੜੀਆਂ ਦਾ ਗਰਲ ਕੋਡ ਹੈ ਰੀਲੀ ਐਗਜ਼ੈਕਟਲੀ ਕਿੱਟੀ ਪਾਰਟੀ ਉਹ ਤੁਹਾਡੀ ਬੈਚਲਰਸ ਪਾਰਟੀ ਬਰੋ ਕੋਡ ਤੋੜਦੇ ਆ ਤੁਸੀਂ ਸਾਡਾ ਵੀ ਤੋੜ ਰਹੇ ਹੋ ਨਹੀਂ ਨਹੀਂ ਮੈਂ ਤੂੰ ਦੱਸ ਰਿਹਾ ਲੋਕਾਂ ਨੂੰ ਕੀ ਹੁੰਦਾ ਮੈਂ ਸੱਚਾਈ ਦਿਖਾ ਰਿਹਾ ਲੋਕਾਂ ਨੂੰ ਇਹ ਮੇਰਾ ਹੱਕ ਹੈ ਕੋਈ ਹੱਕ ਨਹੀਂ ਹੈ ਕੋਈ ਹੱਕ ਨਹੀਂ ਹੈ ਦੂਜੀ ਗੱਲ ਜੀ ਬਹੁਤ ਵਧੀਆ ਸੈੱਟ ਲਾਇਆ ਇਹਨਾਂ ਨੇ ਬਹੁਤ ਵਧੀਆ ਪ੍ਰੋਡਕਸ਼ਨ ਹਾਊਸ ਤੁਹਾਡਾ ਨਾ ਹੈ ਨਾ ਕਰ ਦਿੰਦਾ ਪ੍ਰਮੋਸ਼ਨ ਆਪਾਂ ਬੜਾ ਵਧੀਆ ਪ੍ਰੋਡਕਸ਼ਨ ਹਾਊਸ ਹੈ ਬਹੁਤ ਸੋਹਣਾ ਸੈੱਟ ਲਾਇਆ ਪਰ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ ਕਿ ਸ਼ੂਟਿੰਗ ਥਾਈਲੈਂਡ 'ਚ ਵੀ ਹੋਈ ਅਤੇ ਸਾਨੂੰ ਥਾਈਲੈਂਡ ਨਹੀਂ ਬੁਲਾਇਆ ਉਹਨਾਂ ਨੇ ਹੁਣ ਮੈਂ ਕੈਮਰੇ 'ਤੇ ਕਹਿ ਰਹੇ ਕਿ ਥਾਈਲੈਂਡ ਆ ਰਹੇ ਨੇ ਮੈਂ ਕੈਮਰਾ ਤੇ ਤੁਸੀਂ ਦੇਖ ਲਿਆ ਤੁਸੀਂ ਦੇਖੋਗੇ ਮੈਨੂੰ ਥਾਈਲੈਂਡ ਨਹੀਂ ਦੇਖੋਗੇ ਤੁਸੀਂ ਨਵ ਬਾਜੂ ਨੂੰ ਕਹਿਣਾ ਠੀਕ ਹੈ ਤੁਹਾਨੂੰ ਫੜਨਾ ਆਪਾਂ ਆ ਗਏ ਜਿਹਦੀ ਫੋਟੋ ਨਾ ਨਾ ਪੋਸਟ ਕੀਤੀ ਪਿੱਛੇ ਕੱਟ ਕਰਕੇ ਵੈਲਕਮ ਟੂ ਪੰਜਾਬੀ ਥੈਂਕ ਯੂ ਪੰਜਾਬੀ ਵੀਨੀਆ ਜਿਹੜੇ ਸਾਰੇ ਦੇਖ ਰਹੇ ਨੇ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਮੇਰੇ ਨਾਲ ਇੱਕ ਕਿੱਟੀ ਪਾਰਟੀ ਦੀ ਕੈਪਿਓ ਕਰਨ ਜਾਣੂ ਜੋੜੀ ਕਾਇਨਾਤ ਰੋਲਾ ਤੇ ਨਵ ਬਾਜ ਵਿੱਚ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਦੱਸੋ ਕਿਦਾਂ ਬਸ ਵਧੀਆ ਤੁਸੀਂ ਦੱਸੋ ਕੀ ਹਾਲ ਚੰਗਾ ਬੜਾ ਵਧੀਆ ਸੈੱਟ ਲਾਇਆ ਹੋਇਆ ਕੀ ਸੀਨ ਚੱਲ ਰਿਹਾ ਤੁਹਾਨੂੰ ਸਮਝਾਓ ਥੋੜਾ ਜੀ ਇਹ ਆਪਾਂ ਸ਼ੂਟ ਕਰ ਰਹੇ ਹਾਂ ਫਿਲਮ ਦਾ ਕਲਾਈਮੈਕਸ ਸੌਂਗ ਹਾਂਜੀ ਜੋ ਨਿੰਜਾ ਬਾਈ ਨੇ ਗਾਇਆ ਔਰ ਨਿੰਜਾ ਬਾਈ ਆਪ ਵੀ ਇਸ ਗਾਣੇ 'ਚ ਨੇ ਹਾਂਜੀ ਕੱਲ੍ਹ ਉਹਨਾਂ ਦਾ ਸ਼ਾਰਟ ਅਸੀਂ ਲੈ ਚੁੱਕੇ ਹਾਂ ਅਤੇ ਡੀਜੇ ਫਲੋ ਦਾ ਮਿਊਜ਼ਿਕ ਹੈ ਔਰ ਇਹ ਕਲਾਈਮੈਕਸ ਵਾਲਾ ਗਾਣਾ ਹੈ ਭੰਗੜਾ ਪੈਗ ਸ਼ੈਗ ਇਹ ਉਦਾਂ ਦਾ ਟਾਈਪ ਗਾਣਾ ਕਿੰਨੇ ਪੈਗ ਲੱਗੇ ਹੋਏ ਹਲੇ ਲੱਗ ਰਿਹਾ ਤੁਹਾਨੂੰ ਮੇਰੇ ਪੈਗ ਲੱਗੇ ਫਿਰ ਗਾਣਾ ਕਿਵੇਂ ਹੋਇਆ ਪੈਗ ਵਾਲਾ ਇਹੋ ਜਿਹੇ ਲੋਕ ਨਾ ਵਿਗਾੜਦੇ ਨੇ ਲੋਕਾਂ ਨੂੰ ਇਹੋ ਜਿਹੇ ਅਸੀਂ ਤਾਂ ਗਾਣਾ ਬਣਾਉਂਦੇ ਹਾਂ ਉਹ ਜਿਹੇ ਪ੍ਰੋਵੋਕ ਕਰਦੇ ਨੇ ਸਾਨੂੰ ਕਿ ਪੈਗ ਲਾ ਕੇ ਗਾਣਾ ਸ਼ੂਟ ਕਰੋ ਨਹੀਂ ਕੋਈ ਕੱਟ ਨਹੀਂ ਹੋਣੇ ਵਾਲਾ ਇਹ ਕੰਟੀਨਿਊ ਹੋਗਾ ਹਾਂ ਬੋਲੋ ਬੋਲੋ ਕਾਇਨਾ ਤੁਸੀਂ ਲਵ ਜੂ ਲਾ ਰਹੇ ਹੋ ਹਾਂਜੀ ਤੁਹਾਡੀ ਆਫ ਸਕਰੀਨ ਬੌਂਡਿੰਗ ਕਿਹੋ ਜਿਹੀ ਆਨ ਸਕਰੀਨ ਆਪਾਂ ਦੇਖ ਲਾਂਗੇ ਆਈ ਥਿੰਕ ਆਫ ਸਕਰੀਨ ਵੀ ਬਹੁਤ ਅੱਛੀ ਔਰ ਆਨ ਸਕਰੀਨ ਵੀ ਬਹੁਤ ਆਈ ਥਿੰਕ ਵੀ ਆਰ ਲਾਈਕ ਅ ਲੋਟ ਈਚ ਅਦਰ ਮਤਲਬ ਆਪਾਂ ਇੱਕ ਦੂਜੇ ਵਰਗੇ ਹਾਂ ਇੱਕ ਜਿਸੇ ਹੈਸ਼ਟੈਗ ਮਤਲਬ ਇੱਕ ਕੋਈਨ ਕੇ ਬ੍ਰਦਰਸ ਐਂਡ ਸਿਸਟਰਸ ਨੋ 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 ਨਥਿੰਗ ਲਾਈਕ ਦੈਟ ਨਹੀਂ ਬਟ ਹਮ ਇੱਕ ਜਿਸੇ ਹੈ ਔਰ ਬਹੁਤ ਇੰਪੋਰਟੈਂਟ ਹੋਤਾ ਹੈ ਕਾਰਟਿਸ ਕੇ ਲਈ ਕਿ ਆਪ ਆਪਣੇ ਕੋ-ਸਟਾਰ ਕੇ ਸਾਥ ਗੈਟ ਅਲੋਂਗ ਕਰੇ ਤੋ ਕੈਮਿਸਟਰੀ ਅੱਛੇ ਸੇ ਆਤੀ ਹੈ ਐਂਡ ਦੈਨ ਆਪਕੇ ਡਾਇਰੈਕਟਰ ਕੇ ਸਾਥ ਵੀ ਬੌਂਡ ਅੱਛਾ ਹੋ ਔਰ ਵੋ ਡਾਇਰੈਕਟਰ ਔਰ ਐਕਟਰ ਇੱਕ ਹੀ ਹੋ ਯੂ ਨੋ ਲਾਈਕ ਟੂ ਇਨ ਵਨ ਐਂਡ ਦੈਨ ਵੋ ਸਿੰਗਰ ਵੀ ਹੈ ਥ੍ਰੀ ਇਨ ਵਨ ਐਂਡ ਦੈਨ ਵੋ ਪ੍ਰੋਡਿਊਸਰ ਵੀ ਹੈ ਤੋ ਫੋਰ ਇਨ ਵਨ ਵੋ ਐਥਲੀਟ ਵੀ ਹੈ ਵੋ ਜਿਮਨਾਸਟ ਵੀ ਹੈ ਵੋ ਪਾਇਲਟ ਵੀ ਹੈ ਆਮ ਇਨਸਾਨ ਵੀ ਹੂੰ ਮੈਂ ਜੋਕਸ ਅਪਾਰਟ ਬਟ ਆਈ ਐਮ ਵੈਰੀ ਫੋਰਚੂਨੇਟ ਕਿ ਮੇਰੇ ਐਕਟਰ ਔਰ ਡਾਇਰੈਕਟਰ ਇੱਕ ਹੀ ਹੈ ਔਰ ਮੇਰੀ ਉਨਕੇ ਸਾਥ ਜ਼ਬਰਦਸਤ ਬੌਂਡ ਹੈ ਔਰ ਹਮ ਬਹੁਤ ਅੱਛੇ ਸੇ ਕਾਮ ਕਰ ਰਹੇ ਹੈ ਸੈਲੀਬ੍ਰੇਸ਼ਨ ਸੌਂਗ ਸ਼ੂਟ ਹੋ ਰਿਹਾ ਕਿੱਟੀ ਪਾਰਟੀ ਕਾ ਦੋ ਦਿਨ ਸੇ ਹਮ ਲੋਕ ਗਰਮੀ ਮੇ ਸ਼ੂਟ ਕਰ ਰਹੇ ਹੈ ਪੰਜਾਬ ਕੀ ਗਰਮੀ ਮੈਂ ਔਰ ਮਜ਼ਾ ਆ ਰਿਹਾ ਲੇਕਿਨ ਕਿਉਂਕਿ ਸੈਟਅਪ ਬਹੁਤ ਅੱਛਾ ਹੈ ਬਹੁਤ ਹੀ ਗ੍ਰੈਂਡ ਹੈ ਆਪ ਦੇਖ ਸਕਦੇ ਹੈ ਇਤਨੇ ਬਿਊਟੀਫੁਲੀ ਸੈਟਅਪ ਕੀਆ ਗਿਆ ਐਂਡ ਦੈਨ ਆਲ ਦਾ ਆਰਟਿਸਟ ਇਨ ਦ ਫਿਲਮ ਇਟਸ ਅ ਗ੍ਰੈਂਡ ਹਿਊਜ ਸਟਾਰ ਕਾਸਟ ਸੋ ਐਵਰੀਥਿੰਗ ਇਜ਼ ਸੋ ਵੰਡਰਫੁਲ ਕਿ ਹਮੇ ਮਜ਼ਾ ਆ ਰਿਹਾ ਔਰ ਆਈ ਐਮ ਲੁਕਿੰਗ ਫੋਰਵਰਡ ਟੂ ਥਾਈਲੈਂਡ ਟੂਰ ਵਨ ਮੰਥ ਕਾ ਪ੍ਰੋਪਰ ਸ਼ੂਟਿੰਗ ਸ਼ੈਡਿਊਲ ਕਿੱਟੀ ਪਾਰਟੀ ਕਾ ਜੋ ਥਾਈਲੈਂਡ ਮੈਂ ਹੈ ਮੈਂ ਉਸਮੇ ਜ਼ਿਆਦਾ ਮੁਝੇ ਪਰਫੋਰਮ ਕਰਨੇ ਕੋ ਮਿਲੇਗਾ ਔਰ ਇਸਮੇ ਜੋ ਮੈਂ ਰੋਲ ਕਰ ਰਹੀ ਹੂੰ ਮੈਨੇ ਆਜ ਤੱਕ ਐਸਾ ਕੁਛ ਕੀਆ ਨਹੀਂ ਔਰ ਸੋਚਾ ਨਹੀਂ ਥਾ ਕਿ ਕਰੂੰਗੀ ਔਰ ਮੈਂ ਕਾਮੇਡੀ ਫਿਲਮੇ ਕਰਨਾ ਪਸੰਦ ਕਰਤੀ ਹੂੰ ਕਿਉਂਕਿ ਮੈਂ ਦੇਖਣਾ ਪਸੰਦ ਕਰਤੀ ਹੂੰ ਔਰ ਜਸਟੀਫਾਈਡ ਹੋਤਾ ਹੈ ਕਿ ਆਪ ਜੋ ਚੀਜ਼ ਦੇਖਣਾ ਪਸੰਦ ਕਰਤੇ ਹੈ ਔਰ ਆਪਕੋ ਕਰਨੇ ਕੋ ਮਿਲ ਜਾਏ ਤੋ ਬਹੁਤ ਹੀ ਸੋਨੇ ਪੇ ਸੁਹਾਗਾ ਹੋ ਜਾਤਾ ਹੈ ਔਰ ਕਿੱਟੀ ਪਾਰਟੀ ਬਹੁਤ ਹੀ ਵੱਖਰੀ ਇੱਕ ਡਿਫਰੈਂਟ ਸਕ੍ਰਿਪਟ ਹੈ ਕਿ ਆਡੀਅੰਸ ਕੋ ਬਹੁਤ ਸੋਹਣੀ ਲੱਗੇਗੀ ਬਹੁਤ ਪਸੰਦ ਆਏਗੀ ਬਿਲਕੁਲ ਆਪਾਂ ਨੇ ਉਮੀਦ ਕਰਦੇ ਤੇ ਨਾ ਇੱਕ ਕਿੱਟੀ ਪਾਰਟੀ ਪਹਿਲੀ ਗੱਲ ਤਾਂ ਟਾਈਟਲ ਜਾਂ ਪਲੋਟ ਕੀ ਹੈ ਇਸ ਗੱਲ ਦਾ ਪਲੋਟ ਬੇਸਿਕਲੀ ਮਿਡਲ ਕਲਾਸ ਹਾਊਸ ਵਾਈਫਸ ਦੀ ਕਹਾਣੀ ਜੋ ਆਪਣੇ ਹਸਬੈਂਡਸ ਦਾ ਵੇਟ ਕਰਦੀਆਂ ਨੇ ਡਿਊਟੀ ਤੋਂ ਆਉਣ ਉਹ ਜਦੋਂ ਡਿਊਟੀ 'ਤੇ ਜਾਂਦੇ ਨੇ ਉਹਦੇ ਪਿੱਛੋਂ ਲੇਡੀਜ਼ ਕੀ ਕਰਦੀਆਂ ਨੇ ਕੁਝ ਸੀਰੀਅਲ ਵੀ ਦੇਖਦੀਆਂ ਨੇ ਕੁਝ ਜਾ ਕੇ ਯੂ ਨੋ ਕਿੱਟੀ ਪਾਰਟੀ ਅਟੈਂਡ ਕਰਦੀਆਂ ਨੇ ਤੰਬੂਲਾ ਖੇਡਦੀਆਂ ਨੇ ਗੌਸਿਪ ਕਰਦੀਆਂ ਨੇ ਐਂਡ ਉਹ ਕਮੇਟੀ ਪਾਉਂਦੀਆਂ ਨੇ ਕਮੇਟੀ ਇੱਕ ਵਰਡ ਆ ਜੋ ਮੇਰੇ ਕਲਾਸ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕੀ ਹੁੰਦਾ ਸੋ ਉਹ ਐਸਾ ਕੁਝ ਹੋ ਜਾਂਦਾ ਉਹਨਾਂ ਦੀ ਲਾਈਫ ਦੇ ਵਿੱਚ ਕਿ ਉਹਨਾਂ ਨੂੰ ਥਾਈਲੈਂਡ ਜਾਣਾ ਪੈਂਦਾ ਬਿਨਾਂ ਹਸਬੈਂਡਸ ਨੂੰ ਦੱਸੇ ਕੋਈ ਔਰ ਉਹ ਪੇਂਡੂ ਲੇਡੀਜ਼ ਜੋ ਅੰਮ੍ਰਿਤਸਰ ਤੋਂ ਹੈ ਬਠਿੰਡੇ ਤੋਂ ਇੱਧਰੋਂ ਉੱਧਰੋਂ ਉਹ ਥਾਈਲੈਂਡ ਪਹਿਲੀ ਵਾਰ ਪਹੁੰਚਦੀਆਂ ਨੇ ਐਂਡ ਥਾਈਲੈਂਡ ਉਹਨਾਂ ਨੂੰ ਕੀ ਟ੍ਰੀਟ ਦਿੰਦਾ ਕਿੱਦਾਂ ਦਾ ਹੈਗਾ ਔਰ ਉਹਨਾਂ ਦਾ ਉਹ ਕੰਮ ਕਿੱਦਾਂ ਖਤਮ ਹੁੰਦਾ ਸੋਲਵ ਹੁੰਦਾ ਕੈਸੇ ਟਵਿਸਟ ਐਂਡ ਟਰਨਸ ਹੋਤੇ ਹੈ ਕੈਸੇ ਰੋਲਰ ਕੋਸਟਰ ਰਾਈਡਸ ਹੋਤੀ ਹੈ ਮੈਨੇ ਐਸੀ ਹਿੰਦੀ ਫਿਲਮੋਂ ਮੇਂ ਪ੍ਰਿਯਦਰਸ਼ਨ ਕੀ ਫਿਲਮੋਂ ਕੋ ਬਹੁਤ ਸਰਾਹਾ ਥਾ ਲੇਕਿਨ ਯੇ ਸਕ੍ਰਿਪਟ ਉਸਸੇ ਵੱਖਰੀ ਹੈ ਯੇ ਅਲੱਗ ਹੈ ਵੋ ਅਲੱਗ ਹੈ ਇਸਮੇਂ ਵੀ ਚੇਜ਼ ਹੈ ਗੇਮ ਹੈ ਪ੍ਰੋਪਰ ਰਨਿੰਗ ਅਰਾਊਂਡ ਹੈ ਬਹੁਤ ਹੀ ਕਨਫਿਊਜ਼ਨ ਹੈ ਤੋ ਬਹੁਤ ਮਜ਼ਾ ਆਏਗਾ ਆਡੀਅੰਸ ਕ੍ਰੇਜ਼ੀ ਹੋ ਜਾਏਗੀ ਹੱਸ ਹੱਸ ਕੇ ਔਰ ਐਸੀ ਫਿਲਮੇਂ ਮੁਝੇ ਮਤਲਬ ਦੇਖਣਾ ਪਸੰਦ ਹੈ ਤੋ ਮੈਂ ਕਰ ਰਹੀ ਹੂੰ ਤੋ ਬਹੁਤ ਹੀ ਅੱਛੀ ਬਾਤ ਹੈ ਔਰ ਜਬ ਮੈਨੇ ਸਕ੍ਰਿਪਟ ਸੁਣੀ ਤੋ ਮੁਝੇ ਲਗਾ ਕਿ ਮੈਨੇ ਸੋਚਾ ਨਹੀਂ ਥਾ ਕਿ ਐਸੀ ਸਕ੍ਰਿਪਟ ਵੀ ਕੋਈ ਕੈਸੇ ਮੈਨੇ ਪੁੱਛਾ ਮੈਂ ਕਿਹਾ ਨਾ ਆਪਣੇ ਲਿਖੀ ਹੈ ਸਕ੍ਰਿਪਟ ਹੀ ਸੈਡ ਹਾਂ ਮੈਨੇ ਕਹਾਂ ਸੇ ਆਤਾ ਹੈ ਮਾਈਂਡ ਆਪਕੇ ਪਾਸ ਕਿਉਂਕਿ ਐਜ਼ ਐਨ ਆਡੀਅੰਸ ਮੈਂ ਇਮੇਜਿਨ ਕਰ ਸਕਤੀ ਹੂੰ ਕਿ ਮੇਰਾ ਕਿਆ ਰਿਐਕਸ਼ਨ ਹੋਗਾ ਸਕ੍ਰਿਪਟ
ਤੇ ਨਾ ਵਾਈ ਕਾਇਨਾਤ ਅਰੋੜਾ ਵਾਈ ਕਾਇਨਾਤ ਅਰੋੜਾ ਕਾਇਨਾਤ ਦੇ ਨਾ ਫੇਸ ਵਿੱਚ ਐਜ਼ ਅ ਡਾਇਰੈਕਟਰ ਮੈਂ ਗੱਲ ਕਰ ਰਿਹਾ ਦੇਰ ਆਰ ਟੂ ਸ਼ੇਡਸ ਇਹ ਸਵੀਟ ਵੀ ਨੇ ਅਤੇ ਇਹ ਥੋੜ੍ਹਾ ਜਿਹਾ ਨੈਗੇਟਿਵ ਸ਼ੇਡ ਵੀ ਆਉਂਦਾ ਇਹਨਾਂ ਦੇ ਫੇਸ ਵਿੱਚ ਅਗਰ ਤੁਸੀਂ ਥੋੜ੍ਹਾ ਜਿਹਾ ਇਹਨਾਂ ਦਾ ਹੇਅਰ ਅਪ ਐਂਡ ਥੋੜ੍ਹੀ ਆਈਜ਼ ਦਾ ਜਿਹੜਾ ਸਟਾਈਲ ਹੈ ਇਹਨਾਂ ਦਾ ਸੋ ਵੰਸ ਮੈਨੂੰ ਉਹ ਦੋਨੋਂ ਕਿਰਦਾਰ ਇਹਨਾਂ ਦੇ ਵਿੱਚ ਮਿਲੇ ਇੱਕ ਗ੍ਰੇ ਸ਼ੇਡ ਮਿਲਿਆ ਔਰ ਇਹ ਦੋ ਤਿੰਨ ਤਰ੍ਹਾਂ ਦੇ ਡਿਫਰੈਂਟ ਕੈਰੈਕਟਰਸ ਪਲੇਅ ਕਰ ਰਹੇ ਨੇ ਫਿਲਮ ਵਿੱਚ ਠੀਕ ਹੈ ਇੱਕ ਵੇਰੀਏਸ਼ਨ ਵੇਖਣ ਨੂੰ ਮਿਲੇਗੀ ਇਹਨਾਂ ਦੇ ਕੈਰੈਕਟਰ ਇਟਸ ਐਨ ਐਕਟ੍ਰੈਸ ਜੋਬ ਐਕਚੁਅਲੀ ਇਟਸ ਜਸਟ ਨੋਟ ਸ਼ੀ ਇਜ਼ ਨੋਟ ਦੇਅਰ ਇਨ ਦ ਫਿਲਮ ਕਿ ਇੱਕ ਬਿਊਟੀਫੁਲ ਚਿਹਰਾ ਚਾਹੀਦਾ ਸੋ ਕਾਇਨਾਤ ਇਜ਼ ਦੇਅਰ ਨੋ ਇਟਸ ਇਟਸ ਐਕਚੁਅਲੀ ਐਨ ਐਕਟ੍ਰੈਸ ਜੋਬ ਠੀਕ ਹੈ ਅਤੇ ਨਵ ਕਿੰਨਾ ਔਖਾ ਸੀ ਸਟਾਰਕਾਸਟ ਨੂੰ ਇਕੱਠਾ ਕਰਨਾ ਜਿਵੇਂ ਸਾਡੀ ਸਾਰਕਸ ਨਾਲ ਗੱਲ ਹੋਈ ਉਹ ਕਹਿੰਦੇ ਆਪਾਂ ਤਾਂ ਮੰਨ ਗਏ ਸੀ ਨਵ ਨੇ ਇੱਕ ਦੋ ਵਾਰੀ ਫੋਰਸ ਕੀਤਾ ਮਤਲਬ ਦੋ ਕੁ ਵਾਰ ਜ਼ਿਆਦਾ ਕਿਹਾ ਆਪਾਂ ਤਾਂ ਜੀ ਮੰਨ ਗਏ ਤੁਹਾਨੂੰ ਤੁਸੀਂ ਸਟਾਰਕਾਸਟ ਬੇਸਿਕਲੀ ਡਿਸਾਈਡ ਕਿਵੇਂ ਕੀਤੀ ਇਸ ਪਿਕਚਰ ਲਈ ਇੰਨੀ ਵੱਡੀ ਸਟਾਰਕਾਸਟ ਆ ਰਹੀ ਹੈ ਇਸ ਪਿਕਚਰ ਪਿਆਰ ਹੀ ਬੜਾ ਕਰਦੇ ਨੇ ਸਾਰੇ ਹੁਣ ਪਤਾ ਨਹੀਂ ਕਿਉਂ ਹਰ ਚੀਜ਼ ਪਰਫੈਕਟ ਹੋਏਗੀ ਸੋ ਉਹ ਕੋਈ ਟੈਨਸ਼ਨ ਨਹੀਂ ਹੈ ਇਕੱਠਾ ਕਰਨਾ ਬਹੁਤ ਔਖਾ ਹੈ ਬਿਕੋਜ਼ ਇੰਨੇ ਬਿਜ਼ੀ ਆਰਟਿਸਟ ਨੇ ਕੁਗੀ ਭਾਜੀ ਭੱਲਾ ਜੀ ਉਪਾਸਨਾ ਸਿੰਘ ਐਂਡ ਨੈਕਸਟ ਨੇਮਸ ਆਈ ਹੈਵ ਇਨ ਦ ਫਿਲਮ ਉਹਨਾਂ ਦੀ ਡੇਟਸ ਲੈਣੀਆਂ ਔਰ ਉਹ ਵੀ ਇਕੱਠੀਆਂ ਦੈਟਸ ਦ ਮੋਸਟ ਡਿਫਿਕਲਟ ਵਰਕ ਔਰ ਥੈਂਕ ਗੋਡ ਦੇ ਆਲ ਆਰ ਟੁਗੇਦਰ ਐਂਡ ਦੇ ਆਰ ਡੂਇੰਗ ਗੁੱਡ ਜੌਬ ਸਟਾਰਕਸ ਕੋ ਪੂਰਾ ਮੈਨੇਜ ਕਰਨਾ ਕੋਈ ਨਾ ਡਾਇਰੈਕਟਰ ਐਂਡ ਦੀ ਐਕਟਰ ਇਜ਼ ਡੂਇੰਗ ਕੋਈ ਨਾ ਇਜ਼ ਡੂਇੰਗ ਆਲ ਦ ਜੌਬ ਉਹਨਾਂ ਕੋ ਮੈਨੇਜ ਕਰਨਾ ਸਭ ਕੇ ਸਾਥ ਪੇਸ਼ੈਂਸ ਰੱਖਣਾ ਔਰ ਹੀ ਇਜ਼ ਆਲਵੇਜ਼ ਕੂਲ ਔਨ ਦ ਸੈਟਸ ਵੈਰੀ ਸਵੀਟ ਪਰਸਨ ਟੂ ਬੀ ਵਿਦ ਟੂ ਬੀ ਅਰਾਊਂਡ ਵਿਦ ਮੇਰੇ ਗੁੱਸੇ ਨੂੰ ਤਾਂ ਵੀ ਦੱਸ ਦਿਓ ਆਪਾਂ ਇਹਨਾਂ ਕੋ ਕਭੀ ਹਸੀ ਆ ਜਾਂਦੀ ਹੈ ਇਹ ਲੁੱਕਸ ਸੋ ਸਵੀਟ ਆਈ ਸਟਾਰਟ ਲਾਫਿੰਗ ਵੈਨ ਹੀ ਇਜ਼ ਲਾਈਕ ਯੂ ਨੋ ਗੈਟਿੰਗ ਲਿਟਲ ਐਂਗਰੀ ਆਈ ਸਟਾਰਟ ਲਾਫਿੰਗ ਕਿਉਂਕਿ ਇਸ ਮੇਂ ਵੀ ਫਨੀ ਕੁਝ ਐਲੀਮੈਂਟ ਹੋਤਾ ਹੈ ਸੋ ਯਾ ਤੋ ਨਵ ਕੋ ਆਪ ਸਮਝ ਜਾਓਗੇ ਜਾਂ ਨਹੀਂ ਸਮਝੋਗੇ ਅਤੇ ਨਵ ਕਿੱਟੀ ਬਾਰੇ ਹੁਣ ਕੀ ਪਤਾ ਲੱਗਿਆ ਤੁਹਾਨੂੰ ਕੀ ਹੁੰਦੀ ਹੈ ਕਿੱਟੀ ਪਾਰਟੀ ਪਰ ਚਲੋ ਦੱਸੋ ਕੀ ਹੁੰਦੀ ਹੈ ਕਿੱਟੀ ਪਾਰਟੀ ਤੁਹਾਡੇ ਤੋਂ ਜਾਣਦੇ ਹਾਂ ਆਪਾਂ ਕਿੰਨੀ ਕਨੋਲੇਜ ਹੋਈ ਕਿੱਟੀ ਪਾਰਟੀ ਬੇਸਿਕਲੀ ਲੇਡੀਜ਼ ਕੀ ਵੋ ਗੇਮ ਹੈ ਜੋ ਬੰਦੇ ਕਭੀ ਨਹੀਂ ਖੇਲ ਸਕਤੇ ਹਾਂ ਤੋ ਯੇ ਹੋਤੀ ਹੈ ਕਿੱਟੀ ਪਾਰਟੀ ਕਿ ਬੰਦੇ ਹੋਰ ਕਿੱਟੀ ਪਾਰਟੀ ਗੌਸਿਪ ਕਰਨੇ ਕਾ ਇੱਕ ਐਗਜ਼ੈਕਟਲੀ ਇੱਕ ਉਹ ਗੇਮ ਹੈ ਜੋ ਕਦੀ ਨਹੀਂ ਖੇਡ ਸਕਦੇ ਜਿਸ ਵਿੱਚ ਗੌਸਿਪ ਸਾਰੀ ਚੀਜ਼ਾਂ ਹੁੰਦੀਆਂ ਨੇ ਔਰ ਮੈਂ ਪਰ ਲੋਕਾਂ ਨੂੰ ਦਿਖਾ ਰਿਹਾ ਸੋ ਮੈਨਸ ਇਟਸ ਅ ਟ੍ਰੀਟ ਫਾਰ ਯੂ ਕਿ ਤੁਸੀਂ ਆ ਕੇ ਦੇਖੋ ਵੀ ਕੀ ਹੁੰਦਾ ਐਕਚੁਅਲੀ ਕਿੱਟੀ ਪਾਰਟੀ ਵਿੱਚ ਇੰਨਾ ਮੈਨੂੰ ਸਮਝ ਆਇਆ ਬਸ ਤੇ ਠੀਕ ਹੈ ਨਾ ਜਿਹੜਾ ਹੁਣ ਇਹ ਸੀਨ ਚੱਲ ਰਿਹਾ ਵਿਆਹ ਦਾ ਤੁਸੀਂ ਮੁੰਡੇ ਹੋ ਵਿਆਹ ਵਾਲੇ ਮੁੰਡੇ ਹੋ ਵਿਆਹ ਵਾਲਾ ਮੁੰਡਾ ਬਟ ਫਿਲਮ ਦੇਖ ਕੇ ਦੇਖਿਓ ਯਾਰ ਮੈਂ ਇਹਦਾ ਕੀ ਦੱਸਾਂ ਐਕਚੁਅਲ ਕਿੱਟੀ ਪਾਰਟੀ ਕੌਣ ਖੇਲ ਕੇ ਜਾਂਦਾ ਹੈ ਇਹਨਾਂ ਕਿੱਟੀ ਪਾਰਟੀ ਬੇਸਿਕਲੀ ਐਕਚੁਅਲ ਕੌਣ ਖੇਲ ਕੇ ਜਾਂਦਾ ਆਪਾਂ ਵੀ ਜਾਣਨਾ ਚਾਹੁੰਦੇ ਕੌਣ ਖੇਡ ਕੇ ਜਾਂਦਾ ਉਹ ਕਾਇਨਾਤ ਅਰੋੜਾ ਖੇਲ ਕੇ ਜਾਂਦੀ ਹੈ ਨਹੀਂ ਪਰ ਆਪਾਂ ਸੁਣਿਓ ਚਾਰ ਲੇਡੀਜ਼ ਦਾ ਅਨੀਤਾ ਜੀ ਉਪਾਸਨਾ ਜੀ ਉਹਨਾਂ ਸਾਰਿਆਂ ਦਾ ਵੀ ਆਪਣਾ ਅਨੀਲੂ ਸਾਰਿਆਂ ਦਾ ਬੜਾ ਰੋਲਿੰਗ ਹੈ ਨਾ 2 ਘੰਟੇ ਕੇ ਲਈ ਰੋਲ ਆਨ ਕਰਦੇ ਮੈਂ ਪੂਰੀ ਸਟੋਰੀ ਸੁਣਾ ਰਹਾ ਹਾਂ ਉਸਕੀ ਬੱਚੇ ਦੇਖਣੇ ਮਤ ਜਾਣਾ ਇੱਕ ਇੱਕ ਸੀਨ ਬਤਾ ਦੋ ਸਟਾਰਟਿੰਗ ਸੇ ਦੇਖਣੇ ਜਾਵਾਂਗੇ ਤੇ ਤੁਹਾਨੂੰ ਆਪਣਾ ਨੈਕਸਟ ਸ਼ੂਟ ਮਿਲੂਗਾ ਥਾਈਲੈਂਡ ਚ ਯੈਸ ਯੈਸ ਥਾਈਲੈਂਡ ਕਾਇਨਾਤ ਤੇ ਨਵ ਬਾਜਵਾ ਦੇ ਆਪਾਂ ਵਿੱਚ ਖੜ ਕੇ ਮੈਂ ਕਹਿ ਰਹੀ ਹਾਂ ਥਾਈਲੈਂਡ ਸਾਡਾ ਨੈਕਸਟ ਸ਼ੂਟ ਬਿਲਕੁਲ ਹੋਗਾ ਸੋ ਐਸੀ ਮੈਂ ਸੋ ਗਾਇਜ਼ ਡੂ ਜੁਆਇਨ ਕਿੱਟੀ ਪਾਰਟੀ ਵਿਦ ਅਸ ਮੇਨਾਂ ਸੀ ਕਿੱਟੀ ਪਾਰਟੀ ਦੀ ਬੜੀ ਕਿਊਟ ਜੀ ਡੈਬਿਊ ਜਿਹੜੀ ਉਜੜੀ ਹੁਣ ਆਉਣ ਵਾਲੀ ਹੈ